ਕਦੀ ਉਹ ਪਿੰਡ ਚੇਤੇ ਆਇਆ ਉਹ ਗਲੀਆਂ ਮਤਲਬ ਚੇਤੇ ਆਉਂਦਾ ਹੀ ਰਹਿੰਦਾ ਚੇਤੇ ਆਉਂਦਾ ਹੀ ਰਹਿੰਦਾ ਅੱਛਾ ਆਉਂਦਾ ਰਹਿੰਦਾ ਫਿਰ ਉਹ ਸਬਰ ਕਰੀਦਾ ਅੱਖਾਂ ਜਥੂ ਆ ਜਾਂਦੇ ਰਾਖੀਦਾ ਅੱਛਾ ਜੋ ਲਾ ਲੂ ਪਿੰਡ ਵੇਖਣ ਨੂੰ ਦਿਲ ਕਰਦਾ ਦਿਲ ਕਰਦਾ ਜੀ ਕਦੀ ਕੋ ਪਿੰਡ ਦੀ ਕਦੀ ਫੋਟੋ ਵੇਖੀ ਹੋਵੇ ਜਾਂ ਵੀਡੀਓ ਅੱਜ ਤੱਕ ਨਨਕਾਣਾ ਸਾਹਿਬ ਉੱਥੇ ਸਿੱਖਾਂ ਨੂੰ ਤੂੰ ਕਿੱਥੋਂ ਦਾ ਤੂੰ ਕਿੱਥੋਂ ਦਾ ਸਾਡੇ ਇਲਾਕੇ ਤੱਕ ਨਿਕਲਦੇ ਨਹੀਂ ਜਦੋਂ ਰਮਦਾਸ ਆਏ ਤੇ ਬਾਰਿਸ਼ ਬਣੀ ਅੱਛਾ ਅਸੀਂ ਦਰਖਤਾਂ ਦੇ ਮੁੱਢਾਂ ਨਾਲ ਲੱਗੀਏ ਕੱਪੜੇ ਵੀ ਕੋਲ ਕੋਈ ਨਹੀਂ ਸਨ ਇਸ ਤਰ੍ਹਾਂ ਹੀ ਸਨ ਜਿਹੜਾ ਨੰਗੀ ਪੈਰੀ ਉਹ ਨੰਗੀ ਪੈਰੀ ਨਹੀਂ ਸੀ ਸਾਡੇ ਤੇ ਅੱਜ ਦੇ ਸੰਤ ਆਉਂਦਾ ਰੋਣ ਨਵੀਂ ਰੋਸ਼ਨੀ ਹੈਗੀ ਹੈ ਇਹਨਾਂ ਨੂੰ ਨਹੀਂ ਪਤਾ ਵੀ ਕੀ ਹੋਇਆ ਉੱਥੇ ਜਾਂ ਕੀ ਨਹੀਂ ਹੋਇਆ ਲੇਕਿਨ ਹੋਇਆ ਬਹੁਤ ਬੁਰਾ ਹੈ ਜਿਹੜੇ ਹਿੰਦੂ ਸਨ ਇਹ ਆਕੜ ਕੇ ਆਖਣ ਜੀ ਤੁਸੀਂ ਮੁਸਲਮਾਨ ਹੋ ਤੁਸੀਂ ਮੁੜ ਕੇ ਜਾਓ ਕੈਦ ਆਜ਼ਮ ਉਹਨੇ ਕਿਹਾ ਕਿ ਇੱਕ ਆਦਮੀ ਆ ਉਹਦਾ ਉਹ ਸਿੱਖ ਹੈ ਜਾਂ ਹਿੰਦੂ ਹੈ ਉਹਦੇ ਦੋ ਬੇਟੇ ਨੇ ਉਹ ਮੁਸਲਮਾਨ ਇੱਕ ਹੋ ਜਾਂਦਾ ਇੱਕ ਹਿੰਦੂ ਹੀ ਰਹਿੰਦਾ ਜਿਹੜਾ ਮੁਸਲਮਾਨ ਹੁੰਦਾ ਆਪਣੇ ਬਾਪ ਦਾਦਾ ਦੀ ਵਿਰਾਸਤ ਤੋਂ ਨਹੀਂ ਹਾਂ ਵਿਰਾਸਤ ਉਹਨੂੰ ਮਿਲਣੀ ਚਾਹੀਦੀ ਮਿਲਣੀ ਹੈ ਅਸੀਂ ਇਸ ਤਰ੍ਹਾਂ ਨਿਕਲੇ ਸਾਂ ਜਿਸ ਤਰ੍ਹਾਂ ਇੱਥੋਂ ਭੱਜ ਪਈਏ ਇਹਨੂੰ ਭਰੇ ਘਰ ਛੱਡਿਆ ਦੇ ਭਰੇ ਘਰ ਦੁੱਧ ਕੀ ਤੇ ਸਭ ਕੁਝ ਜੋ ਕੁਝ ਵੀ ਆਇਆ ਸੀ ਸਭ ਕੁਝ ਉੱਥੇ ਡੰਗਰ ਵੀ ਉੱਥੇ ਕੋਈ ਸ਼ੈਖ ਨਾਲ ਹੀ ਨਹੀਂ ਸੀ ਹੈਗੀ ਕੋਲ ਜਿਹੜੇ ਤੰਦ ਵਾਲੇ ਉਹ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕਮ ਸਤਿ ਸ੍ਰੀ ਅਕਾਲ ਦੋਸਤੋ ਮੈਂ ਯਾਸਰ ਮਲਿਕ ਤੇ ਹਾਜ਼ਰ ਹੋਏ ਹਾਂ 47 ਦੀ ਇੱਕ ਨਵੀਂ ਕਹਾਣੀ ਦੇ ਨਾਲ ਤੇ ਸਾਡੇ ਨਾਲ ਬਜ਼ੁਰਗ ਮੌਜੂਦ ਨੇ ਅੱਜ ਇਹ 47 ਦੀ ਵੰਡ ਦੀ ਕਹਾਣੀ ਜਾਣਦੇ ਆ ਔਰ ਪਾਕਿਸਤਾਨ ਬਣਦਾ ਇਹਨਾਂ ਨੇ ਵੇਖਿਆ ਵਾ ਉਹ ਸਾਰੀ ਗੱਲਬਾਤ ਅੱਜ ਅਸੀਂ ਇਹਨਾਂ ਕੋਲ ਸੁਣਾਂਗੇ ਉਸ ਵੇਲੇ ਇਹਨਾਂ ਲੋਕਾਂ ਨੇ ਕੀ ਤਕਲੀਫਾਂ ਔਰ ਕਿਹੜੀ ਕਿਹੜੀ ਪੀੜ ਸੀਨੇ ਤੇ ਹੰਢਾਈ ਆ ਇਹ ਸਾਰੀ ਕਹਾਣੀ ਅੱਜ ਇਹਨਾਂ ਕੋਲ ਸੁਣਾਂਗੇ ਔਰ ਤੁਹਾਡੇ ਰੂਬਰੂ ਪੇਸ਼ ਕਰਦੇ ਹਾਂ ਫਿਰ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ ਅਸਲਾਮ ਵਾਲੇਕਮ ਬਾਬਾ ਜੀ ਵਾਲੇਕਮ ਕੀ ਹਾਲ ਤੁਹਾਡਾ ਠੀਕ ਠਾਕ ਹੋ ਅੱਛਾ ਅੱਛਾ ਕੀ ਨਾਮ ਕੀ ਆਪਣਾ ਜੀ ਮੇਰਾ ਨਾਮ ਯੂਨਸ ਮੁਹੰਮਦ ਯੂਨਸ ਯੂਨਸ ਤੇ ਤੁਹਾਡੇ ਵਾਲਦ ਦਾ ਨਾਮ ਮੁਹੰਮਦ ਖਾਨ ਮੁਹੰਮਦ ਖਾਨ ਮੁਹੰਮਦ ਖਾਨ ਤੇ ਦਾਦਾ ਜੀ ਦਾ ਨਾਮ ਮੁਰਾਦ ਬਖਸ਼ ਮੁਰਾਦ ਬਖਸ਼ ਠੀਕ ਆਪਣੀ ਕੌਮ ਰਾਜਪੂਤ ਰਾਜਪੂਤ ਕਿਹੜੀ ਗੋਤ ਆਪਣੀ ਜੀ ਪੱਟੀ ਪੱਟੀ ਗੋਤ ਤੁਸੀਂ ਬੈਠੇ ਆ 17 ਚ ਕੜਿਆਲ ਚ ਤਹਿਸੀਲ ਨਨਕਾਣਾ ਤੇ ਜ਼ਿਲ੍ਹਾ ਵੀ ਨਨਕਾਣਾ ਸਾਹਿਬ ਦੋਸਤੋ ਇਹਦੇ ਲਾਗੇ ਲਾਗੇ ਪਿੰਡ ਨੇ ਜੀ ਆਪਣਾ 18 ਚੱਕ 15 ਚੱਕ ਬਦੋ ਰਤਾ ਆਪਣਾ 12 ਚੱਕ ਇਹੋ ਜਿਹੇ ਪਿੰਡ ਨੇ ਤੇ ਜਦੋਂ ਪਾਕਿਸਤਾਨ ਬਣਿਆ ਸੀ ਕਿਹੜੇ ਪਿੰਡੋਂ ਆਏ ਸੀ ਅਸੀਂ ਬਦੋਵਾਲ ਆਏ ਬਦੋਵਾਲ ਉੱਚਾ ਬਦੋਵਾਲ ਬਦੋਵਾਲ ਕਲਾ ਕਰਕੇ ਸਕਦੇ ਸੀ ਅੱਛਾ ਫਤਿਹਗੜ੍ਹ ਚੂੜੀਆਂ ਕੋਲ ਕਸਬਾ ਸੀ ਤੇ ਉਹਦੇ ਲਾਗੇ ਇੱਕ ਪਾਸੇ ਛੋਟਾ ਬਦਵਾਲ ਸੀ ਇੱਕ ਪਾਸੇ ਚੱਕ ਰਿਆਣ ਸੀ ਅੱਛਾ ਚੱਕ ਰਿਆਣ ਨੂੰ ਬੋਰਡ ਵਾਲਾ ਸੱਦੇ ਸੀ ਅੱਛਾ ਅੱਛਾ ਇੱਕ ਚੱਕ ਸਿਕੰਦਰ ਸੀ ਅੱਛਾ ਇੱਕ ਉਹਦੇ ਲਾਗੇ ਲਹਿੰਦੇ ਪਾਸੇ ਤਲਵੰਡੀ ਸੀ ਲਾਲਾ ਵਾਲੇ ਹਕੀਮ ਬੇਗ ਕਾੜਕੀਆਂ ਇਹ ਪਿੰਡ ਵਾਲੇ ਦੋਵੇਂ ਸਾਡੇ ਪਿੰਡ ਤਹਿਸੀਲ ਕਿਹੜੀ ਸੀ ਤੁਹਾਡੀ ਤਹਿਸੀਲ ਸਾਡੀ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਗੁਰਦਾਸਪੁਰ ਹੋਰ ਅੱਗੇ ਗਾਂ ਪੰਡੋਰੀ ਸਿੱਖ ਪਿੰਡ ਚੱਕ ਰਿਆਣ ਤੋਂ ਅੱਗੇ ਪੰਡੋਰੀ ਪਿੰਡ ਸੀ ਅੱਗੇ ਵਿਛੋਇਆ ਸੀ ਅੱਛਾ ਅੱਗੇ ਗੱਲੂ ਵਾਲੇ ਖਤਰਾ ਸੀ ਉਸ ਤੋਂ ਅੱਗੇ ਉੱਚਾ ਤੇੜਾ ਨੀਵਾਂ ਤੇੜਾ ਅੱਛਾ ਕਿਆਪੁਰ ਅੱਛਾ
ਅੱਛਾ ਜਿਹੜਾ ਤੁਹਾਡਾ ਪਿੰਡ ਸੀਗਾ ਉਹਦਾ ਲੰਬੜਦਾਰ ਕੌਣ ਸੀ? ਉਦੋਂ ਲੰਬੜਦਾਰ ਮੁਹੰਮਦ ਸ਼ਫੀ ਸੀ, ਮੁਸਲਮਾਨ ਬਾਕੀ ਹਿੰਦੂ ਜਾਂ ਸਿੱਖ ਕੋਈ ਨੀ ਸੀ। ਸਾਡੇ ਪਿੰਡ ਦੀ ਜ਼ਮੀਨ ਬੱਦਲ ਅਤੇ ਉਹ ਤਲਵੰਡੀ ਦੀ ਨਿਆਈ ਚ ਤੱਕ ਜਾਂਦੀ ਸੀ, ਉਹਦੇ ਚ ਸਿੱਖ ਹੈਗੇ ਸੀ। ਮੁਸਲਮਾਨ ਸੀ, ਇਹ ਰਾਈ ਬਰਾਦਰੀ ਸੀ, ਤੇ ਜਿਹੜਾ ਚੱਕ ਰਿਆਣ ਸੀ ਉਹ ਵੀ ਰਾਜਪੂਤਾਂ ਦਾ ਪਿੰਡ ਸੀ, ਚੱਕ ਸਿਕੰਦਰ ਵੀ ਰਾਜਪੂਤਾਂ ਪਿੰਡ ਚ। ਘਰ ਕਿੱਥੇ ਸੀ ਆਪਣਾ ਤੁਹਾਡਾ? ਸਾਡਾ ਘਰ ਪਿੰਡ ਚ ਮਸਜਿਦ ਹੈ ਸੀ ਉਸ? ਦੋ ਸੀ ਬਦੋਵਾਲ ਚ, ਦੋ ਮਸਜਿਦ ਪੱਕੀਆਂ ਬਣੀਆਂ ਸੀ। ਅੱਛਾ, ਉਦੋਂ ਉੱਥੇ ਕੋਈ ਮਸ਼ਹੂਰ ਕੋਈ ਦਰਗਾਹ ਕੋਈ ਦਰਬਾਰ ਲਾਗੇ ਪਿੰਡ ਚ ਹੈ ਸੀ? ਉਦੋਂ ਪਿੰਡ ਚ ਨਹੀਂ ਸੀ, ਪਿੰਡ ਚ ਇੱਕ ਪਿੰਡ ਦੇ ਆਸ ਪਾਸੇ ਨਾ ਇੱਕ ਬਜ਼ੁਰਗ ਦੀ ਕਬਰ ਸੀ, ਆਂਦੇ ਹੁੰਦੇ ਸੀ ਵੱਡੇ ਬਾਬੇ ਦੁੱਲੇ ਦੀ, ਉਹ ਸ਼ਹੀਦ ਸੀ। ਅੱਛਾ, ਉਹ ਸ਼ਹੀਦ ਦੀ ਕਬਰ ਸੀ, ਬਾਬਾ ਦੁੱਲਾ ਸ਼ਹੀਦ। ਹਾਂ, ਤੇ ਉਸ ਤੋਂ ਅੱਗੇ ਇਸੇ ਰੁੱਖ ਤੇ ਲੈਣ ਤੋਂ ਅੱਗੇ ਲੰਘ ਜਾਈਏ ਤੇ ਅੱਗੇ ਬਾਬੇ ਠੋਕ ਸਾਈਂ ਦਾ ਦਰਬਾਰ। ਬਾਬੇ ਠੋਕ ਸਾਈਂ ਦਾ, ਠੀਕ ਠੀਕ। ਅੱਛਾ, ਜਿਹੜਾ ਤੁਹਾਡਾ ਪਿੰਡ ਸੀਗਾ ਉਹ ਤਾਂ ਸਾਰਾ ਮੁਸਲਮਾਨਾਂ ਦਾ ਸੀ, ਸਿੱਖਾਂ ਦੇ ਪਿੰਡ ਲਾਗੇ ਸਿੱਖਾਂ ਦੇ ਘਰ ਨਹੀਂ ਸੀ ਹੈਗੇ? ਕੋ ਤੁਹਾਡੇ ਵੱਡਿਆਂ ਦੇ ਤੁਹਾਡੇ ਵਾਲਦ ਦੇ ਕਿਸੇ ਸਿੱਖ ਨਾਲ ਲਾਗੇ ਹੁੰਦਾ ਹੀ ਤਲਕ ਲਾਗੇ ਲਾਗੇ ਦੇ ਪਿੰਡਾਂ ਚ ਬਥੇਰੇ ਸੀ ਕਿਸੇ ਸਿੱਖ ਨਾਲ ਤੁਹਾਡੇ ਬਾਪ ਦਾ ਹੈ ਸੀ ਮੇਲ ਜੋਲ? ਜਿਹੜਾ ਬੜੇ ਬੜੇ ਸਾਡੇ ਬਜ਼ੁਰਗਾਂ ਦੇ ਤਲਕ ਸੀ, ਪਰ ਉਹ ਜਦੋਂ ਇਨਕਲਾਬ ਆਇਆ ਉਦੋਂ ਉਹਨਾਂ ਤਲਕ ਰੱਖਿਆ ਹੀ ਕੋਈ। ਅੱਛਾ, ਉਦੋਂ ਨਹੀਂ ਖਿਆਲ ਕੀਤਾ ਉਹਨਾਂ ਨੇ ਕੋਈ? ਜਿਨ੍ਹਾਂ ਦਾ ਹੈ ਸੀ ਕੋਈ ਨਾਂ ਦੱਸੋ, ਜਿਨ੍ਹਾਂ ਦਾ ਤੁਹਾਡੇ ਵਾਲਦ ਵੀ ਜ਼ਿਕਰ ਕਰਦੇ ਕਿ ਜਾਂ ਤੁਸੀਂ ਵੇਖਿਆ ਹੋਵੇ ਆਉਂਦੇ ਜਾਂਦੇ? ਨਹੀਂ, ਉਹ ਇੱਕ ਇੱਥੇ ਤਲਵੰਡੀ ਚ ਬਚਣਾ ਸੀਗਾ। ਅੱਛਾ, ਇੱਕ ਦਾ ਨਾਮ ਫੀਸੋ ਸੀ, ਇਸ ਤਰ੍ਹਾਂ ਇੱਕ ਹੋਰ ਸੀ ਉਹਦਾ ਮੈਨੂੰ ਨਾਂ ਹੁਣ ਤੇਗਾ, ਬਾਬਾ ਤੇਗਾ ਸਿੰਘ। ਹਾਂ, ਤੇਗਾ ਸਿੰਘ। ਅੱਛਾ, ਇਹ ਤੁਹਾਨੂੰ ਵੱਡੇ ਆ ਬਸ? ਨਹੀਂ, ਛੋਟਾ, 4 ਸਾਲ ਛੋਟਾ। ਤੁਸੀਂ ਆ ਜਾਓ ਨਾਲ, ਭਾਈ ਬਜ਼ੁਰਗਾਂ ਦੇ ਛੋਟੇ ਭਾਈ ਵੀ ਨਾਲ ਆ। ਕੀ ਨਾਂ ਤੁਹਾਡਾ? ਕੀ ਨਾਂ ਜੀ ਬਜ਼ੁਰਗ? ਮੇਰਾ ਨਾਂ ਰਈਸ ਅਹਿਮਦ। ਰਈਸ ਅਹਿਮਦ, ਤੁਸੀਂ ਛੋਟੇ ਭਾਈ ਜਿਨ੍ਹਾਂ ਦੇ? ਹਾਂਜੀ, ਛੋਟੇ ਆ, ਚਾਚੇ ਤਾਇਆਂ ਦੇ। ਚਾਚੇ ਤਾਇਆਂ ਦੇ ਬੇਟੇ ਆ। ਆਪਾਂ ਗੱਲ ਕਰਨ ਦੇ ਸੀ ਪਿੰਡ ਦੇ ਵਸੇਬ ਦੀ, ਉਸ ਵੇਲੇ ਦੇ ਲੋਕ ਕਿਵੇਂ ਰਹਿੰਦੇ ਸੀ, ਤੁਸੀਂ ਕਿਵੇਂ ਰਹਿੰਦੇ ਸੀ? ਬੜਾ ਮੇਲਾ ਲੱਗਦਾ ਠੋਕ ਸਾਈਂ ਦਾ ਜਾਂ ਦੂਜਾ, ਉਹਦਾ ਕੋਈ ਮੇਲਾ, ਉਦੋਂ ਮੇਲੇ ਕਿੱਦਾਂ ਲੱਗਦੇ ਸੀ? ਹੁਣ ਤਾਂ ਹਾਲਾਤ ਬਦਲ ਗਏ, ਬਹੁਤ ਹਾਲਾਤ ਵੱਧ ਹੋ ਗਏ। ਉਦੋਂ ਜਿੱਦਾਂ ਸੀ ਲੋਕ ਇਕੱਠੇ ਹੋ ਕੇ ਉੱਥੇ ਆਉਂਦੇ ਸੀ, ਢੋਲ ਢਮਾਕਾ ਵੱਜਦਾ, ਇੱਕ ਭੰਗੜੇ ਸਿੰਗੜੇ ਲੋਕ ਪਾਉਂਦੇ ਸੀ। ਅੱਛਾ, ਦੁਕਾਨਾਂ ਤੇ ਜਿਹੜੀਆਂ ਚੀਜ਼ ਖਰੀਦ ਕੇ ਖਾਂਦੇ ਸੀ। ਅੱਛਾ, ਫਿਰ ਕੋਲ ਹੁੰਦੇ ਸਨ। ਅੱਛਾ, ਜਦੋਂ ਪਾਕਿਸਤਾਨ ਬਣਿਆ ਵਾ, ਹਾਂਜੀ, ਉਦੋਂ ਉਹਦੀ ਗੱਲ ਸੁਣਾਓ, ਕੀ ਹੋਇਆ ਸੀ ਪਾਕਿਸਤਾਨ ਕਿਵੇਂ ਬਣਿਆ ਤੁਹਾਨੂੰ ਖਬਰ? ਪਾਕਿਸਤਾਨ ਨਹੀਂ ਬਣਿਆ, ਪਹਿਲੇ ਤੇ ਸੀ ਕਿ ਪਾਰਟੀ ਬਣੀ ਸੀ। ਅੱਛਾ, ਉਸ ਪਾਰਟੀ ਦਾ ਨਾਂ ਕਾਂਗਰਸ ਸੀ। ਉਸ ਪਾਰਟੀ ਦੇ ਵਿੱਚ ਹਿੰਦੂ ਵੀ ਉਹਦੇ ਚ ਮੁਲਵਸ ਸਨ, ਸਿੱਖ ਬਰਾਦਰੀ ਵੀ ਉਹਦੇ ਚ ਮੁਲਵਸ ਸੀ, ਮੁਸਲਮਾਨ। ਅੱਛਾ, ਸਾਰਿਆਂ ਦੀ ਇੱਕੋ ਹੀ ਪਾਰਟੀ। ਅੱਛਾ, ਫਿਰ ਮੁਹੰਮਦ ਅਲੀ ਜਨਾਹ ਨੇ ਆਪਣੀ ਪਾਰਟੀ ਬਣਾਈ ਮੁਸਲਿਮ ਲਈ। ਅੱਛਾ, ਨਾਲ ਉਤਾਲਾ ਸ਼ਾਹ ਬੁਖਾਰੀ ਇੱਕ ਬਜ਼ੁਰਗ ਸੀ, ਉਹਨੇ ਆਪਣੀ ਪਾਰਟੀ ਬਣਾਈ, ਉਹਦਾ ਨਾਂ ਰੱਖਿਆ ਮਜਲਿਸ ਇਰਾਨ। ਅੱਛਾ ਅੱਛਾ, ਇਹ ਫਿਰ ਜਿਹੜੇ ਹਿੰਦੂ ਸਨ ਇਹ ਆਕੜ ਗਏ, ਆਖਣ ਜੀ ਤੁਸੀਂ ਮੁਸਲਮਾਨ ਹੋ, ਤੁਸੀਂ ਮੁੜ ਕੇ ਜਾਓ। ਕੈਦ ਆਜ਼ਮ ਨੇ ਕਿਹਾ ਕਿ ਇੱਕ ਆਦਮੀ ਆ, ਉਹਦਾ ਉਹ ਸਿੱਖ ਹੈ ਜਾਂ ਹਿੰਦੂ ਹੈ, ਉਹਦੇ ਦੋ ਬੇਟੇ ਨੇ, ਉਹ ਮੁਸਲਮਾਨ ਇੱਕ ਹੋ ਜਾਂਦਾ, ਇੱਕ ਹਿੰਦੂ ਹੀ ਰਹਿੰਦਾ। ਜਿਹੜਾ ਮੁਸਲਮਾਨ ਹੁੰਦਾ ਆਪਣੇ ਬਾਪ ਦਾਦਾ ਦੀ ਵਿਰਾਸਤ ਤੁਹਾਨੂੰ ਵਿਰਾਸਤ ਉਹਨੂੰ ਮਿਲਣੀ ਚਾਹੀਦੀ, ਮਿਲਣੀ ਮਿਲਣੀ। ਅੱਛਾ ਅੱਛਾ, ਉਹ ਫਿਰ ਇਹਨਾਂ ਪਾਰਟੀਆਂ ਬਣੀਆਂ ਤੇ ਵੰਡ ਹੋਈ।
ਫਿਰ ਜਿਹੜੇ ਸਿੱਖ ਬਰਾਦਰੀ ਸੀ ਉਹਨਾਂ ਨੇ ਬੜਾ ਖੰਜਰ ਚਲਾਇਆ, ਅੱਛਾ, ਬੜੀ ਬਰਸ਼ੀ ਚਲਾਈ, ਬੜੀ ਤਲਵਾਰ ਚਲਾਈ, ਮੁਸਲਮਾਨਾਂ ਨੂੰ ਤੇ ਆਰਡਰ ਹੋ ਗਿਆ ਸੀ ਹਮਲਾ ਹੋਇਆ ਸੀ, ਘਰੋਂ ਕਿਵੇਂ ਨਿਕਲੇ ਸੀ, ਕਿਹੜਾ ਟਾਈਮ? ਘਰੋਂ ਨਿਕਲਿਆ ਨਾ, ਸਾਡੇ ਪਿੰਡ ਚੋਂ ਤਰਫੋਂ ਤੋਂ ਤੋਂ ਪਾਸਿਆਂ ਤੋਂ ਹਮਲਾ ਹੋਇਆ। ਅੱਛਾ, ਚਾਰ ਜਸੇ ਪਏ ਸਾਡੇ ਦੋ ਪਿੰਡ ਨੇ, ਦੋਵੇਂ ਪਿੰਡ ਬਿਲਕੁਲ ਲਾਗੋ ਲੱਗ ਗਈ ਸਰ, ਦੋਵਾਂ ਸਨ। ਇਸ ਤਰ੍ਹਾਂ ਹੋਇਆ ਕਿ ਇੱਕ ਸਾਡਾ ਬੰਦਾ ਸੀ, ਉਹ ਫੌਜੀ ਜਵਾਨ ਸੀ, ਉਹ ਬਰਾਦਰੀ ਚੋਂ ਚਾਚਾ ਲੱਗਦਾ ਸੀ ਸਾਡਾ। ਅੱਛਾ, ਅੱਲਾਹ ਤਾਲਾ ਜਾਤ ਉਹਨੂੰ ਜੰਨਤ ਜਗ੍ਹਾ ਦੇਵੇ। ਉਹਦੇ ਕੋਲ ਬੰਦੂਕ ਸੀ, ਉਹਨੇ ਇੱਕ ਕਾਫਲੇ ਨੂੰ ਨਾ ਕੋਲ ਡੱਕਿਆ, ਇਕੱਲੇ ਨੇ ਰਿਸ਼ਤੇਦਾਰ ਸੀਗਾ, ਉਹਦੀ ਵਜ੍ਹਾ ਨਾਲ ਪਿੰਡ ਦੇ ਲੋਕ ਬਚ ਗਏ, ਬਚ ਕੇ 17 ਉਹਨੇ ਮਾਰੇ ਨੇ, ਉਹ ਸਿੱਖ ਜਿਹੜੇ ਸੀ, ਸਿੱਖ ਸਨ ਉਹਨਾਂ ਕੋਲ ਅਸਲਾ ਨਹੀਂ ਸੀ ਹੈਗਾ, ਉਹਨਾਂ ਦੇ ਕੋਲ ਦੂਜੀਆਂ ਛੁਰੀਆਂ ਛਰੀਆਂ ਬਹੁਤੀਆਂ ਸਨ, ਨਾਲੇ ਉਹ ਤਜਰਬੇਕਾਰ ਸੀ। ਉਹਨੇ 17 ਸਿੱਖ ਜਿਹੜੇ ਮਾਰੇ ਨੇ, ਤੇ ਫਿਰ ਸਿੱਖਾਂ ਨੇ ਆਪਸ ਵਿੱਚੋਂ ਸਲਾਹ ਕੀਤੀ ਵੀ ਇਹ ਜਿਹੜਾ ਬੰਦਾ ਆ ਫੈਰ ਕਰਦਾ ਹੈ, ਇਹ ਤੇ ਲਈ ਜਾਣ ਡਿਆ। ਫਿਰ ਤਿੰਨਾਂ ਤਰਫੋਂ ਹੀ ਨਾ ਯਕ ਮੁਸ਼ਤ ਉੱਤੇ ਜਾ ਡਿੱਗੇ। ਅੱਛਾ ਅੱਛਾ ਅੱਛਾ, ਉਹ ਤੁਫੈਲ ਜਿਹੜੇ ਉਸ ਤੁਹਾਨੂੰ ਬਚਾਉਂਦੇ ਹੋਏ ਮਾਰੇ ਗਏ, ਸ਼ਹੀਦ ਹੋ ਗਏ। ਵਾਹ ਜੀ ਵਾਹ, ਕਿੱਡੀ ਕੁਰਬਾਨੀ ਉਸ ਇਨਸਾਨ ਦੀ, ਉਹਨੇ ਬੜਾ ਇੱਕ ਉਸ ਵੇਲੇ ਬਚਾਇਆ। ਅੱਛਾ ਬਜ਼ੁਰਗੋ, ਅੱਛਾ ਥੋੜਾ ਕੁ ਦੱਸੋ ਕਿਹੜੇ ਟਾਈਮ ਹਮਲਾ ਕੀਤਾ ਸੀ ਉਹਨਾਂ ਨੇ ਤੁਹਾਡੇ ਤੇ? ਰਾਤ ਦਾ ਸੀ ਪਿਛਲਾ ਟਾਈਮ, ਤਕਰੀਬਨ ਕੋਈ 12-1 ਦਾ ਟਾਈਮ ਤੇ ਆਏ ਸੀ ਹਮਲਾ ਕਰਨ। ਉਹਨਾਂ ਕੋਲ ਵੀ ਅਸਲਾ ਆਇਆ ਸੀ ਕਿ ਤਲਵਾਰਾਂ ਸੀ ਉਹਨਾਂ ਕੋਲ? ਅਸਲਾ ਤੇ ਹੁਣ ਉਹਨਾਂ ਕੋਲ ਪਤਾ ਨੀ, ਅਸੀਂ ਤੇ ਭੱਜ ਨਸ ਕੇ ਫਤਿਹਗੜ੍ਹ ਲਾਗੇ ਕਸਬਾ ਸੀਗਾ, 3-4 ਵਾਰ ਮੈਂ ਤੁਹਾਨੂੰ ਦੱਸਿਆ, ਅਸੀਂ ਤੋਂ ਉੱਥੇ ਨਿਕਲ ਗਏ, ਉੱਥੇ ਸਕੂਲ ਕੈਂਪ ਸੀਗਾ, ਉੱਥੇ ਲੋਕ ਚਲੇ ਗਏ, ਲੁਕ ਗਏ, ਬਾਕੀ ਜਿਹੜੇ ਉਹਨਾਂ ਦੇ ਕਾਬੂ ਆ ਗਏ ਉਹ ਨਾ ਮਾਰ ਦਿੱਤੇ। ਕੋਈ ਤੁਹਾਡੇ ਖਾਨਦਾਨ ਦਾ ਕੁਝ ਵਿਛੜ ਗਿਆ ਹੋਵੇ ਜਾਂ ਮਾਰਿਆ ਗਿਆ ਹੋਵੇ, ਰਿਸ਼ਤੇਦਾਰ ਦੂਰੋਂ ਨੇੜੇ? ਖਾਨਦਾਨ ਦੇ ਜੀ ਜਿਹੜੇ ਸੀ ਉਹ ਬਚੇ, ਇਹ ਤਕਰੀਬਨ ਬਚੇ ਹੀ ਰਹੇ ਨੇ। ਉਸ ਬੰਦੇ ਦੀ ਨਾ ਜੇ ਉਹ ਬੰਦਾ ਨਾ ਕੋਈ ਕੁਰਬਾਨੀ ਦਿੰਦਾ, ਸਾਡੇ ਪਿੰਡਾਂ ਚ ਦੀ ਕੋਈ ਕਿਸਮਤ ਨਾ ਨਿਕਲਣਾ ਸੀ ਜਿਸ ਨੇ ਚਾਰ ਚ ਫਿਰ। ਅੱਛਾ, ਉਸ ਬੰਦੇ ਨੇ ਤੁਫੈਲ ਨੇ ਆਪਣੀ ਜਾਨ ਦੇ ਦਿੱਤੀ, ਲੇਕਿਨ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਬਚਾ ਲਈ, ਬੜਾ ਇੱਕ ਅੱਲਾਹ ਤਾਲਾ ਨੂੰ ਜਨਤਾ ਜਗ੍ਹਾ ਦੇਵੇ, ਉਹਨੇ ਬੜਾ ਇੱਕ ਵੱਡਾ ਕੰਮ ਕੀਤਾ। ਸਭ ਤੋਂ ਵੱਡੀ ਗੱਲ ਇਹ ਕਿ ਇਸ ਤੋਂ 4-5 ਸਾਲ ਪਹਿਲੇ, ਹਾਂਜੀ, ਇਹ ਸਨ ਤਿਗੜੀ ਰਹਿੰਦੇ ਸਨ। ਅੱਛਾ, ਯੂਪੀਸੀਪੀ? ਅੱਛਾ ਅੱਛਾ, ਉੱਥੇ ਇੱਕ ਬਜ਼ੁਰਗ ਕੋਲ ਗਏ ਵੀ, ਤੇ ਬਜ਼ੁਰਗ ਕੋਲ ਜਿਸਲੇ ਜਾਂਦੇ ਨੇ ਤੇ ਉਹ ਬਜ਼ੁਰਗ ਦੇ ਕੋਲ ਅੱਗੇ ਖਲਕਤ ਆਮ ਬੈਠੀ ਸੀ, ਤੇ ਇਹ ਵੀ ਜਾ ਕੇ ਖਲੋ ਗਏ, ਕੋਈ ਦਵਾਈ ਲੈਣੀ ਸੀ। ਉਹਨਾਂ ਬਜ਼ੁਰਗਾਂ ਨੇ ਕਿਹਾ ਵੀ ਆ ਜਾਓ ਇੱਥੇ ਬਹਿ ਜਾਓ ਮੰਜੀ ਤੇ, ਉਹ ਬਜ਼ੁਰਗ ਮੰਜੀ ਦੇ ਨਾਲ ਬਾਕੀ ਸਾਫ਼ੇ ਬੈਠੇ ਸਨ, ਤੇ ਉਹ ਨਹੀਂ ਜੀ ਮੈਂ, ਉਹਨਾਂ ਨੇ ਅਤਰਾ ਨੂੰ ਕਿਹਾ ਵੀ ਕਿ ਮੈਂ ਇੱਥੇ ਬਹਿ ਜਾਂਦਾ। ਉਹਨੇ ਕਿਹਾ ਨਹੀਂ ਭਲਿਆ ਲੋਕਾ, ਤੇਰਾ ਦਰਜਾ ਸਾਡੇ ਨਾਲ ਬਹੁਤ ਆਇਆ। ਅੱਛਾ, ਬਜ਼ੁਰਗ ਨੇ ਕਿਹਾ ਤੁਫੈਲ ਨੂੰ? ਆ ਤੁਫੈਲ, ਵਾਹ ਜੀ ਵਾਹ। ਉਹਨੇ ਪਿੰਡ ਆਣ ਕੇ ਗੱਲ ਕੀਤੀ ਵੀ, ਲੇਕਿਨ ਕਿਸੇ ਨੂੰ ਮਹਿਸੂਸ ਹੀ ਨੀ ਸੀ ਹੈਗਾ ਵੀ ਵੇਲਾ ਆਉਣਾ ਆ, ਲੇਕਿਨ ਜਿਸ ਵਕਤ ਉਹ ਸ਼ਹੀਦ ਹੋਇਆ ਆ, ਰੁਤਬਾ ਮਿਲਿਆ, ਤੇ ਫੇਰ ਅੱਖਾਂ ਖੁੱਲੀਆਂ ਸਾਡਿਆਂ ਵੱਡਿਆਂ ਦੀਆਂ ਵੀ ਇਹਨਾਂ ਨੇ ਇਹ ਸ਼ਹਾਦਤ ਦਾ ਮਤਲਬ ਆਈ, ਉਹਨਾਂ ਨੂੰ ਪਤਾ ਸੀ ਵੀ ਇਹਨਾਂ ਸ਼ਹੀਦ ਹੋਣਾ, ਸ਼ਹੀਦ ਹੋਣਾ ਬੜੀ ਗੱਲ ਆ ਜੀ ਉਹਨਾਂ ਦੀ। ਅੱਛਾ, ਤੁਹਾਡੇ ਪਿੰਡ ਦੇ ਤਾਂ ਹੋ ਗਿਆ ਹਮਲਾ, ਤੁਸੀਂ ਤਾਂ ਘਰੋਂ ਫੇਰ ਖਾਲੀ ਹੱਥ ਨਿਕਲੇ, ਭਰੇ ਘਰ ਛੱਡੇ? ਬਿਲਕੁਲ, ਅਸੀਂ ਇਸ ਤਰ੍ਹਾਂ ਨਿਕਲੇ ਸਾਂ ਜਿਸ ਤਰ੍ਹਾਂ ਇੱਥੋਂ ਭੱਜ ਪਈਏ, ਇਹਨੂੰ ਭਰੇ ਘਰ ਛੱਡਿਆ, ਭਰੇ ਘਰ, ਦੁੱਧ ਕੀ ਤੇ ਸਭ ਕੁਝ ਜੋ ਕੁਛ ਵੀ ਆਇਆ ਸੀ ਸਭ ਕੁਛ ਉੱਥੇ, ਡੰਗਰ ਵੀ ਉੱਥੇ, ਕੋਈ ਸ਼ਹਿ ਖਦਾਲ ਹੀ ਨਹੀਂ ਸੀ ਹੈਗੀ ਕੋਲ, ਜਿਹੜੇ ਤੰਦ ਵਾਲੇ ਹਾਂਡੀਆਂ ਪੱਕੀਆਂ ਛੱਡ ਆਏ, ਦੁੱਧ ਅਜੇ ਕਾੜਨੀਆਂ ਦੁੱਧ ਪਏ ਉਦੋਂ ਹੀ ਛੱਡ ਆਏ, ਉਸ ਤਰ੍ਹਾਂ ਹੀ ਛੱਡ ਆਏ, ਮਾਲ ਡੰਗਰ ਉਦਾਂ ਹੀ, ਮਾਲ ਡੰਗਰ ਦੇ ਰੱਸੇ ਖੋਲ ਦਿੱਤੇ ਹਨ, ਨਸਲਾਂ ਤੋਂ ਰਹਿ ਰਿਹਾ ਹੁੰਦਾ, ਦਾਦੇ ਪੜਦਾਦੇ ਤੋਂ, ਇੱਕ ਤਕਲੀਫ ਹੋਈ, ਦਰਦ ਹੋਇਆ ਕੋਈ ਮਹਿਸੂਸ ਕੇ ਆਪਣਾ ਘਰ ਛੱਡਣ ਲੱਗੇ?
ਛੱਡਣ ਲੱਗਿਆ ਤੇ ਜੀ ਬੇਸ਼ੁਮਾਰ ਦਰਦ ਹੋਇਆ ਸੀ। ਸਾਨੂੰ ਪਤਾ ਮੇਰੇ ਤੋਂ ਛੋਟੀ ਮੇਰੀ ਮਸੀਹਾ ਸੀ, ਭੱਜਿਆ ਜਾਂਦਿਆਂ ਸੁੱਟ ਦਿੱਤਾ ਸੀ, ਦੋ ਸਾਲ ਦੀ ਸੀ, ਤੇ ਫਿਰ ਦੁਬਾਰਾ ਚੁੱਕ ਕੇ ਤੇ ਫਿਰ ਲਈ। ਇਹ ਤੁਸੀਂ ਇਹ ਵੀ ਮੰਦਰ ਦੇਖਿਆ। ਅੱਛਾ, ਅੱਜ ਦੀ ਨਸਲ ਗਾਫਲ ਹੋ ਗਈ ਇਹਨਾਂ ਚੀਜ਼ਾਂ ਤੋਂ। ਸਾਡੇ ਪਿੰਡ ਦਾ ਇੱਕ ਬੰਦਾ ਹੈ ਜੀ, ਅੱਛਾ, ਉਹਦੀ ਪਹਿਲੀ ਬੀਵੀ ਮਰ ਗਈ। ਅੱਛਾ ਅੱਛਾ, ਉਹਦੀ ਫਿਰ ਸ਼ਾਦੀ ਹੋਈ। ਅੱਛਾ, ਸ਼ਾਦੀ ਹੋਈ, ਉਹਨੂੰ ਖੁਦਾ ਨੇ ਇੱਕ ਬੱਚਾ ਦਿੱਤਾ। ਠੀਕ ਹੈ ਜੀ। ਉਹ ਬੱਚਾ 2 ਸਾਲ ਦਾ ਸੀ, ਲੈ ਕੇ ਉਹਨਾਂ ਸੀ ਪਿੱਛੇ ਸਿੱਖਣ ਦਾ ਜੱਸਾ ਪਿਆ। ਉਹ ਜਿਹੜਾ ਕੈਂਪ ਸੀ ਉਹ ਅੱਗੇ ਲੱਗ ਕੇ ਨੱਸ ਪਿਆ। ਅੱਛਾ, ਰਵਾਲ ਅੱਗੇ ਪਿੰਡ ਆਉਂਦਾ ਸੀਗਾ, ਉਹ ਰਵਾਲੀ ਜਾਣ ਕੇ ਉਹ ਸਿੱਖ ਉੱਥੇ ਇਕੱਠੇ ਹੋ ਕੇ ਖਲੋਤੇ ਸੀ। ਉਹ ਜਿਸ ਵੇਲੇ ਪਏ ਤੇ ਲੋਕ ਫਿਰ ਨੱਸੇ, ਉਹ ਨਾ ਬੱਚਾ ਉੱਥੇ ਸੁੱਟਤਾ। ਮੇਰ ਦਿਨ ਉਹਦੇ ਪਿਓ ਦਾ ਨਾਂ ਸੀ ਬੱਚੇ ਦਾ। ਅੱਛਾ, ਬੱਚੇ ਦਾ ਨਾਂ ਰਫੀਕ ਸੀ। ਉਹ ਸੁੱਟਤਾ ਬੱਚਾ ਉੱਥੇ ਪਿਆ ਰੋਂਦਾ ਸੀ, ਪਿੱਛੇ ਉਹਦੀ ਧੀ ਆਉਂਦੀ ਸੀ, ਉਹ ਕੋਈ ਸੀਗੀ ਵਾਹ ਵਾਹ ਮਤਲਬ 17-18 ਸਾਲ ਕੁੜੀ ਸੀ। ਉਹਨੇ ਵੇਖਿਆ ਮੇਰਾ ਵੀ ਰੋਂਦਾ, ਉਹਨੂੰ ਫੜ ਕੇ ਮੋਢਿਆਂ ਤੇ ਸੁੱਟ ਲਿਆ, ਉਹ ਲੈ ਕੇ ਇੱਧਰ ਆਈ। ਅੱਛਾ, ਫਿਰ ਉਹਦਾ ਪਿਓ ਆ ਕੇ ਕਰੇ, ਉਹਨੇ ਖੇਡਦੇ ਉਹਨਾਂ ਨੇ ਆਖਣਾ ਪੀ ਖਾ ਪੁੱਤ ਰੋਟੀ ਖਾਈਏ। ਉਹਨੇ ਕਹਿਣਾ ਤੂੰ ਅੱਬਾ ਖਾ ਲਾ ਰੋਟੀ, ਮੈਂ ਫਿਰ ਖਾ ਲਾ। ਅੱਛਾ ਯਾਰ, ਇਸ ਤਰ੍ਹਾਂ ਮਜ਼ਾ ਨਹੀਂ ਆਉਂਦਾ। ਉਹ ਇੱਕ ਦਿਨ ਮੇਰੇ ਨਾਲ ਖੇਡਦਾ ਸੀ। ਅੱਛਾ, ਮੈਂ ਕਹਿਤਾ ਤਾ ਤੂੰ ਹੁਣ ਤੇ ਕਹਿੰਦਾ ਮਜ਼ਾ ਨਹੀਂ ਆਉਂਦਾ, ਜੇ ਤੂੰ ਉੱਥੇ ਸੱਕੀ ਤੇ ਸੁੱਟ ਆਇਆ ਸੀ। ਬਜ਼ੁਰਗੋ, ਕੈਸੇ ਕੈਸੇ ਦੁੱਖ ਵਾ, ਕੈਸੀਆਂ ਕੈਸੀਆਂ ਤਕਲੀਫਾਂ ਪਾਕਿਸਤਾਨ ਜਿਹੜਾ ਬਣਿਆ ਵਾ, ਅੱਜ ਦੀ ਨਸਲ ਉਸ ਚੀਜ਼ ਨੂੰ ਭੁੱਲ ਗਈ ਆ, ਉਸ ਕੁਰਬਾਨੀ ਨੂੰ। ਉਸ ਧੀਆਂ ਸਿੱਖ ਲੈ ਕੇ ਖਿੱਚ ਕੇ ਕੈਂਪਾਂ ਚੋਂ, ਕਾਫਲਿਆਂ ਚੋਂ ਉਹਨਾਂ ਖੜ ਕੇ ਆਪਣੀਆਂ ਬੀਵੀਆਂ ਬਣਾਈਆਂ, ਉਹਨਾਂ ਨੂੰ ਨਸੀਬ ਨਹੀਂ ਹੋਇਆ ਆਣ ਕੇ ਆਪਣੇ ਭੈਣਾਂ ਭਰਾਵਾਂ ਨੂੰ ਵੇਖਣਾ। ਸਿੱਖਾਂ ਦੇ ਘਰੇ ਉਹਨਾਂ ਦੀਆਂ ਔਲਾਦਾਂ ਜੰਮੀਆਂ, ਤੇ ਕਰੀਏ ਇੱਥੇ ਮੌਲਵੀ ਸਾਹਿਬ ਆਏ ਅਬਦੁਲ ਕਾਦਰ ਆਜ਼ਾਦ ਜਾਮਿਆ ਮਸਜਿਦ ਬਾਦਸ਼ਾਹੀ ਦੇ ਖਤੀਬ। ਅੱਛਾ, ਇਹ ਬਦਲ ਤੇ ਆਏ, ਉਹਨਾਂ ਆਪ ਦੱਸਿਆ। ਮੈਂ ਗਿਆ ਹਿੰਦੁਸਤਾਨ ਚ, ਇੱਕ ਔਰਤ ਉਹਨੇ ਮੇਰੇ ਵੱਲ ਬੜੇ ਗੁੱਸੇ ਨਾਲ ਵੇਖਿਆ। ਅੱਛਾ, ਮੈਨੂੰ ਇਹ ਮੇਰੇ ਵੱਲ ਗੁੱਸੇ ਨਾਲ ਵੇਖਿਆ, ਮੈਂ ਉਹਨੂੰ ਵੇਖ ਕੇ ਨਜ਼ਰ ਠਾਂ ਨੂੰ ਕਰ ਲਈ। ਜਦੋਂ ਉਹਦੇ ਲਾਗੋ ਨੰਗਣ ਲੱਗਾ, ਉਹਨੇ ਆਖਿਆ ਬਗੈਰਤ ਆ ਗਿਆ। ਫਿਰ ਕੀ ਰਹਿਣਾ ਜੀ, ਸਾਡਾ ਦਿਲ ਕਰਦਾ ਕੁਰਾਨ ਪੜ੍ਹਨ ਨੂੰ, ਰੋਜ਼ਾ ਰੱਖਣ ਨੂੰ, ਨਮਾਜ਼ ਪੜ੍ਹਨ ਨੂੰ, ਸਾਨੂੰ ਪੜ੍ਹ ਨਹੀਂ ਦਿੰਦੇ। ਹੁਣ ਤੂੰ ਆਇਆ ਘਰੇ ਜਾ ਕੇ ਤੇ ਆਪਣੇ ਬੱਚਿਆਂ ਨੂੰ ਆਉਂਦੇ ਨੇ, ਜਾ ਮਿਲਿਆ ਉਹ ਤੁਹਾਡੇ ਨਾਨਕੇ ਆਏ ਨੇ, ਜਾਨ ਸੜ ਕੇ ਸਵਾਹ ਹੋ ਜਾਂਦੀ ਹੈ। ਜਦੋਂ ਤੁਸੀਂ ਜਾ ਕੇ ਉੱਥੇ ਸਾਨੂੰ ਭੁਲਾ ਦੇਣਾ ਸੀ, ਮੁੜ ਕੇ ਖੜਨਾ ਹੀ ਨਹੀਂ ਸੀ ਸਾਨੂੰ, ਉਹਦਾ ਇੱਕ ਅੰਦਰ ਦਾ ਜੋ ਦੁੱਖ ਸੀਗਾ, ਤਕਲੀਫ ਸੀ, ਉਹਨੇ ਬਾਹਰ ਕੱਢੀ ਹੈ। ਦੇਖੋ, ਅਸੀਂ ਆਪਣੇ ਨਾਜ਼ਰੀ ਨੂੰ ਇਹੀ ਦੱਸੀਦਾ ਵਾ ਕਿ ਇਹਨਾਂ ਬਜ਼ੁਰਗਾਂ ਦੀ, ਇਹਨਾਂ ਵੱਡਿਆਂ ਦੀ, ਸਾਡੇ ਜਿਹੜੇ ਤੁਸੀਂ ਬਜ਼ੁਰਗ ਨੀ, ਸਾਡਾ ਕੌਮੀ ਅਸਾਸਾ ਵਾ, ਇਸ ਮੁਲਕ ਦਾ ਕੌਮੀ ਅਸਾਸਾ ਵਾ। ਤੁਸੀਂ ਇੱਕ ਕੁਰਬਾਨੀ ਦਿੱਤੀ, ਫਿਰ ਪਾਕਿਸਤਾਨ ਬਣਿਆ ਵਾ, ਤੇ ਬੜੇ ਦੁੱਖ ਤੁਸੀਂ ਵੇਖੇ, ਦੁੱਖ ਲੋਕਾਂ ਤੱਕ ਲੈ ਕੇ ਆਉਂਦੇ, ਉਸ ਵੇਲੇ ਦੀ ਤਕਲੀਫ ਅੱਜ ਤੁਸੀਂ ਆਪਣੀ ਤਕਲੀਫ ਅੱਜ ਲੋਕਾਂ ਨੂੰ ਦੱਸ ਰਹੇ ਜੇ। ਅੱਛਾ, ਤੁਸੀਂ ਪਿੰਡੋਂ ਨਿਕਲ ਆਏ, ਭਰੇ ਘਰ ਛੱਡ ਆਉਂਦੇ, ਕਿੱਥੇ ਕੈਂਪ ਲੱਗਾ ਸੀ ਤੁਹਾਡਾ? ਸਾਡੇ ਕੈਂਪ ਕਈ ਥਾਂ ਜੀ। ਅੱਛਾ, ਪਹਿਲਾਂ ਤੁਸੀਂ ਪਿੰਡੋਂ ਨਿਕਲ ਕਿੱਥੇ ਬੈਠੇ? ਫਤਿਹਗੜ੍ਹ ਬੈਠੇ ਆ। ਫਤਿਹਗੜ੍ਹ ਨਿਕਲੇ, ਫਤਿਹਗੜ੍ਹ ਕਾਫੀ ਦਿਨ ਰਹੇ ਆ ਜੀ। ਸਾਨੂੰ ਰੋਟੀਆਂ ਇਥੋਂ ਉਹ ਜਹਾਜ਼ ਕਾਦੀਆਂ ਦਾ ਸੀ, ਉਹ ਰੋਟੀਆਂ ਸੁੱਟਦਾ ਹੁੰਦਾ ਸੀ ਉੱਥੇ ਜਾ ਕੇ। ਅਸੀਂ ਲੋਕ ਏਦਾਂ ਨਿੱਕੇ ਨਿੱਕੇ ਸਨ, ਤੇ ਆਪ ਤਾਂ ਹੱਥ ਕੀਤੇ ਨੇ, ਗੰਦ ਵੀ ਬੜਾ ਸੀ ਉੱਥੇ, ਜਿੱਥੇ ਡਿੱਗਦੀ ਸੀ ਫੜ ਕੇ ਤੇ ਖਾ ਲੈਂਦੇ। ਅੱਛਾ, ਵੇਖ ਲਓ, ਘਰਾਂ ਚ ਆਪਣੇ ਚੌਧਰੀਆਂ ਤਰ੍ਹਾਂ ਬਹਿ ਕੇ ਮੰਜਿਆਂ ਨੇ ਮਾਵਾਂ ਤੇ ਰੋਟੀਆਂ ਦੇਣੀਆਂ, ਤੇ ਕਹਿਣਾ ਮਾਂ ਆਹ ਸਾਲਣ ਹੋਣਾ ਚਾਹੀਦਾ, ਤੇ ਉਹ ਲੋਕ ਉਹੀ ਇੱਕ ਰੋਟੀਆਂ ਕੈਚ ਕਰਕੇ ਖਾਣ ਖਾਂਦੇ ਇਸ ਪਾਕਿਸਤਾਨ ਦੀ ਖਾਤਰ। ਬਜ਼ੁਰਗੋ, ਇੱਕ ਤੁਹਾਡੇ ਅੱਲਾ ਦੇ ਹਾਂ ਬੜਾ ਅਜਰ ਵਾ, ਤੁਸੀਂ ਕਲਮੇ ਦੇ ਨਾਂ ਤੇ ਇੱਕ ਆਪਣੀ ਹਿਜਰਤ ਕੀਤੀ ਆ, ਉਹਦਾ ਅੱਲਾ ਦੇ ਹਾਂ ਬੜਾ ਰੁਤਬਾ ਵਾ।
ਤੇ ਇਹਨਾਂ ਲੋਕਾਂ ਨੂੰ ਨਹੀਂ ਪਤਾ ਸਾਨੂੰ ਪਤਾ ਤੁਹਾਡਾ ਕੀ ਮੁਕਾਮ ਅੱਲਾਹ ਤਾਲਾ ਤੁਹਾਨੂੰ ਅਜਰ ਦੇਵੇ। ਅੱਛਾ ਰੋਟੀਆਂ ਕੈਚ ਕਰਨੀਆਂ, ਕੈਚ ਕਰਕੇ ਫਿਰ ਉਹ ਖਾਣੀਆਂ, ਉਹ ਤੂੰ ਦਿਸਦਾ ਸੀ ਅਸੀਂ ਆ ਅਸੀਂ ਕਿਹਾ ਹੁੰਦੇ ਹਾਂ ਨੇੜੇ ਸੀ ਤੇ ਅਸੀਂ ਏਦਾਂ ਲੱਗਦਾ ਹੁੰਦਾ ਸੀ ਜਦੋਂ ਉਹ ਲੱਕੜ ਦਾ ਹੁੰਦਾ। ਅੱਛਾ ਆਹੋ ਤੇ ਉਹਨੇ ਰੋਟੀਆਂ ਸੁਣੀ ਏਦਾਂ ਖਿਲਾਰ ਕੇ ਤੇ ਫਿਰ ਉਹਨੇ ਕਹਿਣਾ ਵੀ ਮੈਂ ਸ਼ਾਮ ਨੂੰ ਫਿਰ ਲੈ ਕੇ ਆਵਾਂਗਾ। ਲਾਹੌਰੋਂ ਲੈ ਕੇ ਜਾਂਦਾ ਸੀ ਜਹਾਜ਼ ਜਿਹੜਾ ਸੀ, ਉਹ ਦੇਖ ਲੈਂਦਾ ਇੱਥੇ ਕੈਂਪ ਬੈਠਾ ਤੇ ਰੋਟੀਆਂ ਸਿੱਟ ਜਿੱਥੇ ਜਿੱਥੇ ਕੈਂਪ ਵੀ ਆਇਆ ਸਨ ਪਤਾ ਸੀ ਉਹਨਾਂ ਨੂੰ ਵੀ ਕੈਂਪ ਕਿਹੜੇ ਇੱਕ ਥਾਂ ਤੇ ਇੱਕ ਥਾਂ ਦੇ ਹਜ਼ਾਰਾਂ ਥਾਂ ਦੇ ਕੈਂਪ ਸੀ। ਕੈਂਪ ਲੱਗਾ ਸੀ ਕਿੰਨੀ ਕੁ ਦੁਨੀਆਂ ਸੀ ਫਤਿਹਗੜ੍ਹ ਚੂੜੀਆਂ ਸਾਰਾ ਇਲਾਕਾ ਉੱਥੇ ਇਸ ਤਰ੍ਹਾਂ ਸੀ ਨਾ ਫਤਿਹਗੜ੍ਹ ਜਦੋਂ ਬੈਠੇ ਤੇ ਇਹ ਨਾਲ ਹੀ ਜਿੱਦਾਂ ਪੈਲੀ ਹੋ ਜਾਂਦੀ ਅਗਲੇ ਪਾਸੇ ਵਾਲੀ ਬੰਦਾ ਵੀ ਬੁੱਢੀ ਵੀ ਹਾਜ ਤੇ ਰਫਾ ਲਈ ਬਾਹਰ ਦੂਰ ਨੀ ਜਾਂਦੇ ਵੀ ਦੂਰ ਜਾਂਦੇ ਹਾਂ ਤੇ ਉਹ ਮਾਰ ਦਿੰਦੇ ਮਾਰ ਦਿੰਦੇ ਉੱਥੇ ਹੀ ਆਪਣਾ ਕੈਂਪ ਲੱਗਾ ਸੀ। ਕੈਂਪ ਨਾਲ ਮਿਲਟਰੀ ਵੀ ਹੈ ਸੀ ਨਿਗਰਾਨੀ ਦੇ ਕਿ ਨਹੀਂ? ਸਾਡੇ ਕੋਈ ਨੀ ਸੀ ਨਿਗਰਾਨੀ ਨਾਲ ਮਿਲਟਰੀ ਕੋਈ ਨੀ ਸੀ। ਤੁਸੀਂ ਆਪ ਹੀ ਨਿਗਰਾਨੀ ਕਰਦੇ? ਅਸੀਂ ਆਪ ਹੀ ਨਿਗਰਾਨੀ ਜਿਹੜੇ ਜਵਾਨ ਬੰਦੇ ਸਨ ਵਿੱਚ ਹਿੰਮਤ ਵਾਲੇ ਉਹ ਖਿਆਲ ਰੱਖਦੇ ਸਨ। ਅੱਛਾ 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 ਸਹੀ ਸਹੀ ਪਹਿਰਾ ਦਿੰਦੇ ਸਨ ਪਹਿਰਾ ਰਾਤ ਨੂੰ ਦਿੰਦੇ ਸਨ। ਅੱਛਾ ਕਿੰਨੇ ਦਿਨ ਰਹੇ ਫਤਿਹਗੜ੍ਹ ਚੂੜੀਆਂ? ਕਾਫੀ ਦਿਨ ਰਹੇ ਤੁਰੇ ਨਾ। ਅੱਛਾ 20-22 ਦਿਨ ਰਹੇ। ਅੱਛਾ ਮੈਨੂੰ ਥੋੜਾ ਜਿਹਾ ਇਹ ਵੀ ਦੱਸੋ ਨਾਜ਼ਰੀਨ ਨੂੰ, ਕੈਂਪ ਦੇ ਵਿੱਚ ਜਿਹੜੇ ਲੋਕ ਬਿਮਾਰ ਹੋ ਜਾਂਦੇ ਸੀ ਜਾਂ ਮਰ ਜਾਂਦੇ ਸੀ ਬਫੈਜ਼ੇ ਨਾਲ, ਉਹਨਾਂ ਦਾ ਕੀ ਕਰਦੇ ਸੀ? ਮਰ ਜਾਂਦੇ ਸੀ, ਉਹਨਾਂ ਦਾ ਕੋਈ ਇਲਾਜ ਹੀ ਨਹੀਂ ਸੀ ਕਰ ਦਿੰਦੇ ਸੀ। ਸਾਡੀ ਆਪਣੀ ਮੇਰੀ ਜੇ ਵੇਖੋ ਜੀ ਉਹ ਆਪਣੀ ਫੁੱਫੀ ਦੀ ਧੀ ਸੀ, ਉਹਨੇ ਆਪਣੇ ਭਰਾ ਨੂੰ ਚੁੱਕਿਆ ਸੀ ਇੱਥੋਂ ਪਿੰਡੋਂ ਜਿਹੜੇ ਨਿਕਲੇ ਆ ਸਿੱਖ ਤਲਵਾਰਾਂ ਮਾਰਦਾ ਰਿਹਾ, ਉਹਦੇ ਹੱਥ ਕੱਟੇ ਗਏ ਵੀ ਬਹੁਤ ਬੁਰਾ ਹਾਲ ਉਹਦਾ ਕੀਤਾ ਵੀ। ਬੱਚਾ ਜਿਹੜਾ ਭਰਾ ਸੀ ਚੁੱਕਿਆ ਸੀ ਅਲੀ ਕਿਹੜਾ ਮੇਰੇ ਖਿਆਲ 2 ਸਾਲ ਦਾ ਹੋਏਗਾ, ਉਹਨੂੰ ਉਹਨੇ ਸ਼ਹੀਦ ਕਰ ਦਿੱਤਾ। ਅੱਛਾ ਬੱਚਾ ਬਚ ਗਿਆ ਸੀ ਕਿ ਬੱਚੇ ਨੂੰ ਕੀਤਾ ਸ਼ਹੀਦ? ਬੱਚੇ ਨੂੰ ਕਰ ਦਿੱਤਾ। ਉਹ ਕੁੜੀ ਦੇ ਹੱਥ ਕੱਟੇ ਗਏ। ਸਾਡੇ ਤੇ ਅੱਜ ਦੇ ਸੰਤ ਆਉਂਦਾ ਰੋਣ, ਨਵੀਂ ਰੋਸ਼ਨੀ ਹੈਗੀ ਹੈ, ਇਹਨਾਂ ਨੂੰ ਨਹੀਂ ਪਤਾ ਵੀ ਕੀ ਹੋਇਆ ਉੱਥੇ ਜਾਂ ਕੀ ਨਹੀਂ ਹੋਇਆ, ਲੇਕਿਨ ਹੋਇਆ ਬਹੁਤ ਬੁਰਾ ਹੈ ਤੇ ਕਰਵਾਇਆ ਹਿੰਦੂਆਂ ਨੇ ਕੀਤਾ ਸਿੱਖਾਂ ਨੇ ਕੀਤਾ ਸਿੱਖਾਂ ਸਿੱਖਾਂ ਦਾ ਘਰ ਤੇ ਹਿੰਦੂਆਂ ਨੇ 10 ਸਾਲ ਪਹਿਲੇ। ਨਰੈਣ ਦਾਸ ਹੈ ਗੁਰਦੁਆਰੇ ਦੇ ਵਿੱਚ ਗੱਦੀ ਨਸ਼ੀਨ ਸੀ ਕਿਹੜੀ ਜਗ੍ਹਾ? ਇਹਨਾਂ ਦੇ ਨਾਲ ਬੱਤਦੀ ਦੀਆਂ ਨਾਲ ਕਰਦਾ ਸੀ। ਇਹਨਾਂ ਨੇ ਸਿੱਖ ਬਰਾਦਰੀ ਨੇ ਇੱਕ ਥਾਂ ਤੇ ਇਕੱਠਿਆਂ ਹੋ ਕੇ ਇਹਨਾਂ ਤੇ ਇਹਨਾਂ ਮਸ਼ਵਰਾ ਕੀਤਾ ਕਿ ਫਲਾਣੇ ਦਿਨ ਹਮਲਾ ਕਰੀਏ ਤੇ ਗੁਰਦੁਆਰੇ ਤੇ ਕਬਜ਼ਾ ਕਰ ਲਈਏ, ਨਰੈਣ ਦਾਸ ਨੂੰ ਕੈਦੀ ਕਰ ਲਈਏ। 1921 ਦਾ ਵਾਕਿਆ ਜਿਹੜਾ ਪਹਿਲਾਂ ਸਾਕਾ ਜਿਹਨੂੰ ਕਹਿੰਦੇ, ਤੇ ਇਹਨਾਂ ਨੇ ਉਹ ਇੱਥੇ ਆ ਲਾਗੇ ਸ਼ਾਹਕੋਟ ਦੇ ਧਾਰੂਵਾਲੀਆਂ ਚ ਇਥੋਂ ਦਾ ਗੁਲਾਬ ਸਿੰਘ ਨੰਬਰਦਾਰ ਸੀ। ਅੱਛਾ ਉਹ 350 ਸਿੱਖ ਲੈ ਕੇ 3 ਦਿਨ ਉਸ ਤਰੀਕ ਤੋਂ ਪਹਿਲੇ ਹੀ ਨਨਕਾਣੇ ਚਲੇ ਗਏ। ਲਕਸ਼ਮਣ ਸਿੰਘ ਸੀ ਉਹਦਾ ਨਾਮ, ਗੁਲਾਬ ਸਿੰਘ ਵੀ ਨਾਲ ਸੀ। ਇਹ ਬੜੀ ਉਹ ਉਸ ਇਸ ਸਟੋਰੀ ਦੇ ਉੱਤੇ ਮੂਵੀ ਵੀ ਬਣੀ ਹੈ, ਫਿਲਮ ਵੀ ਬਣੀ ਹੈ ਇੰਡੀਅਨ ਪੰਜਾਬੀ। ਉਹ ਜਿਸ ਵੇਲੇ ਉੱਥੇ ਗਏ ਗੁਰਦੁਆਰੇ 360 ਸਿੱਖ ਉਹਨੇ ਮਾਰ ਦਿੱਤਾ, ਉੱਥੋਂ 360 ਸਿੱਖ ਦੀ ਲਾਸ਼ ਨੀ ਲੱਭੀ, ਨਾਲ ਦੀ ਨਾਲ ਹੀ ਪੈਟਰੋਲ ਸੁੱਟ ਕੇ ਉਹਨਾਂ ਨੇ ਅੱਗ ਲਾਈ। ਉਹਦੇ ਮੁਕਮੁੱਲੇ ਉਹਨਾਂ ਸਾਡੇ ਤੇ ਜ਼ੁਲਮ ਕੀਤਾ। ਹਾਂਜੀ ਹਾਂਜੀ ਇਹਦਾ ਕਾਫਲਾ ਜੀ ਫਤਿਹਗੜ੍ਹ ਜੀ ਚੱਲਿਆ ਨਾ। ਅੱਛਾ ਪਹਿਲਾ ਕਾਫਲਾ ਉਸ ਕਾਫਲੇ ਚ ਮੈਂ ਸੀ। ਅੱਛਾ ਉਹ ਕਾਫਲਾ ਜਿਸ ਵੇਲੇ ਰਵਾਲ ਤੋਂ ਅੱਗੇ ਸੱਕੀ ਨੰਗੀ ਤੇ ਅੱਗੇ ਨਾ ਅਵਾਣ ਪਿੰਡ ਸੀ। ਅੱਛਾ ਉੱਥੇ ਇੱਕ ਮੋਟਰ ਆ ਗਈ। ਅੱਛਾ ਉਹਦੇ ਚ ਡੋਗਰਾ ਲੁੱਟ ਰਹੀ ਸੀ। ਅੱਛਾ ਉਹਨਾਂ ਨੇ ਬੰਦੂਕਾਂ ਤਾਂ ਨੂੰ ਕੀਤੀਆਂ ਤੇ ਉਹ ਲੋਕਾਂ ਨੂੰ ਇਸ਼ਾਰਾ ਕੀਤਾ ਵੀ ਬਹਿ ਜਾਓ। ਅੱਛਾ ਕੁਛ ਲੋਕ ਤੇ ਬਹਿ ਗਏ, ਕੁਛ ਡਰਦੇ ਨਸ ਗਏ ਦੋਦ ਵਾਲੇ ਪੱਥਰ ਨੂੰ। ਅੱਛਾ ਉਹਨਾਂ ਕਿਹਾ ਇਹਨਾਂ ਨੇ ਸਾਨੂੰ ਗੋਲੀ ਚਲਾ ਕੇ ਮਾਰ ਦੇਣੀ। ਅੱਧਾ ਕਾਫਲਾ ਦੋਦ ਦੇ ਪੱਥਰ ਨੂੰ ਨਸ ਗਿਆ, ਅੱਧਾ ਉਹਨਾਂ ਕੇਸ ਤੇ ਬਿਠਾ ਗਿਆ। ਅੱਛਾ ਉਹ ਫਿਰ ਨਾਲ ਇਹਨਾਂ ਜਦੋਂ ਸਾਰੇ ਲੋਕ ਇਕੱਠੇ ਹੋ ਗਏ ਉਹ ਫਿਰ ਰਮਦਾਸ ਇੱਕ ਕਸਬਾ ਸੀ ਉਹਨੂੰ ਤੁਰ ਪਏ। ਅੱਛਾ ਜਿੱਥੇ ਗੁਰਦੁਆਰੇ ਬੜੇ ਸੀਗੇ? ਹਾਂ ਜਿੱਥੇ ਗੁਰਦੁਆਰੇ ਬੜੇ ਉੱਥੇ ਹਜ਼ਰਤ ਸ਼ਾਹ ਹਬੀਬ ਦਾਨੇ ਦਾ ਦਰਬਾਰ ਵੀ ਮੇਲਾ। ਅੱਛਾ ਅੱਛਾ ਇਹ ਰਮਦਾਸ ਵੱਲ ਨੂੰ ਸੜਕ ਆਉਂਦੀ ਸੀ, ਫਿਰ ਉਹ ਸੜਕੇ ਲੈ ਕੇ ਨਾ ਤੁਰ ਪਏ ਸਾਡੇ ਨਾਲ ਨਾਲ। ਜਦੋਂ ਰਮਦਾਸ ਆਏ ਤੇ ਬਾਰਿਸ਼ ਬੜੀ। ਅੱਛਾ ਅਸੀਂ ਦਰਖਤਾਂ ਦੇ ਮੁੱਢਾਂ ਨਾਲ ਲੱਗੀਏ
ਕਪੜੇ ਵੀ ਕੋਲ ਕੋਈ ਨੀ ਸਨ, ਰੱਖਣਾ ਹੀ ਸਨ ਜਿਹੜਾ ਨੰਗੀ ਪੈਰੀ ਉਹ ਨੰਗੀ ਪੈਰੀ ਜਦੋਂ ਸਰਦੀ ਬਾਰਿਸ਼ ਹਟੀ ਉਹ ਫਿਰ ਇਧਰੋਂ ਨਾ ਅੰਦਰੋਂ ਨਿਕਲੇ ਬੜੇ ਸਿੱਖ ਬਹੁਤ ਹੀ ਅਸੀਂ ਫਿਰ ਮਤਲਬ ਕਦੀ ਇਸ ਪਿੰਡ ਦੇ ਸਿੱਖ ਖਾਣ ਪੈਣ ਕਦੀ ਇਸ ਪਿੰਡ ਦੇ ਲੋਕ ਉਸ ਵੇਲੇ ਖਾਨਾ ਬਦੋਸ਼ ਸਨ ਨਾ ਇਹਨਾਂ ਦੇ ਕੋਲ ਕੋਈ ਹਥਿਆਰ ਨਾ ਛੋਟਾ ਵੀ ਕੋਈ ਨੀ ਸੀ ਖਾਲੀ ਹੱਥੀ ਦੇ ਸਿੱਖ ਇਹ ਫਿਰ ਨਾ ਮਾਰੀ ਜਾਣ ਲੋਕਾਂ ਨੂੰ ਉਸ ਕਾਫਲੇ ਫਿਰ ਉਹ ਇੱਕ ਹੋਰ ਆਇਆ ਜੀਪ ਸੀ ਉਹ ਜੀਪ ਵਾਲੇ ਆਲੇ ਦੁਆਲੇ ਘੁਮਾਈ ਪਏ ਉਹ ਥੋੜਾ ਜਿਹਾ ਜਾਏ ਪੈਸੇ ਲੈ ਲੈ ਫਿਰ ਥੋੜਾ ਜਿਹਾ ਜਾਏ ਜਦੋਂ ਰਿਸ਼ਵਤ ਉਦੋਂ ਵੀ ਚੱਲਦੀ ਸੀ ਜਦੋਂ ਦੋ ਮੀਲ ਰਹਿ ਗਿਆ ਨਾ ਡੇਰਾ ਬਾਬਾ ਨਾਨਕ ਅੱਛਾ ਉਹ ਵੀ ਛੱਡ ਕੇ ਅੱਛਾ ਅੱਛਾ ਫਿਰ ਅਸੀਂ ਏਦਾਂ ਹੀ ਭੱਜ ਨੱਸ ਕੇ ਡੇਰੇ ਚੱਲੇ ਜਿਹੜੇ ਮਾਰੇ ਗਏ ਪਿੱਛੇ ਮਾਰੇ ਗਏ ਕੁਛ ਵੀ ਬੰਦਿਆਂ ਨੂੰ ਬਣੀਆਂ ਉੱਥੇ ਜਿਸੇ ਪੁਲ ਤੇ ਗਏ ਉਧਰੋਂ ਸਿੱਖ ਲੋਕ ਮੀਆਂ ਵਾਲੀ ਕੰਜਰੂੜ ਦੇ ਲੋਕ ਜਿਹੜੇ ਸੀ ਉਹ ਲੰਘਦੇ ਸੀ ਜਿਹੜੇ ਮੁਸਲਮਾਨ ਸੀ ਇਹਨਾਂ ਨੂੰ ਕਹਿਣ ਲੱਗੇ ਤੁਹਾਨੂੰ ਭਲ ਕੇ ਲੈ ਜਾਓ ਇੱਧਰ ਸਾਨੂੰ ਉਹ ਦਰਿਆ ਵਾਲੇ ਪਾਸੇ ਕਰਕੇ ਤੇ ਬਿਠਾ ਦਿੱਤਾ ਜਿਹੜਾ ਪੁਲ ਦੇ ਨਾਲ ਅੱਛਾ ਸਾਡੇ ਜਿਹੜੇ ਸਿਆਣੇ ਬੰਦੇ ਸੀ ਉਹਨਾਂ ਆਖਿਆ ਇਹਨਾਂ ਰਾਤ ਨੂੰ ਗੋਲੀ ਚਲਾਉਣੀ ਆ ਕੁਛ ਦਰਿਆ ਚ ਛਾਲਾ ਮਾਰ ਕੇ ਮਰ ਜਾਣਾ ਕੁਛ ਇਹਨਾਂ ਨੇ ਗੋਲੀ ਮਾਰ ਕੇ ਮਾਰ ਕੇ ਉਹ ਫਿਰ ਉਸ ਕਾਫਲੇ ਦੇ ਵਿੱਚ ਫਿਰੇ ਉਹਨਾਂ ਕਿ ਜੋ ਕੁਛ ਹੈਗਾ ਜਾਣਾ ਚਾਹੀਦਾ ਕਦੇ ਉਹ ਆਮ ਲੋਕਾਂ ਕੋਲ ਨੀ ਸੀ ਵਿਰਲਿਆ ਲੋਕਾਂ ਕੋਲ ਕਿਸੇ ਕੋਲ ਥੋੜੇ ਥੋੜੇ ਪੈਸੇ ਜਾਂ ਕਿਸੇ ਕੋਲ ਸੋਨਾ ਬਸ ਉਹ ਇਕੱਠਾ ਕਰਕੇ ਜਿਹੜਾ ਉੱਥੇ ਪੁਲ ਦਾ ਅਫਸਰ ਸੀ ਉਹਨੂੰ ਦਿੱਤਾ ਉਹਨੇ ਫਿਰ ਸੂਰਜ ਅੱਧਾ ਅੰਦਰ ਸੀ ਅੱਧਾ ਬਾਹਰ ਸੀ ਜਦੋਂ ਸਾਨੂੰ ਇਜਾਜ਼ਤ ਦਿੱਤੀ ਅਸੀਂ ਨੰਗੇ ਅਗਲੇ ਬੰਨੇ ਆਏ ਤੇ ਦੂਰ ਤੱਕ ਜਿੱਧਰ ਨੂੰ ਧਿਆਨ ਜਾਵੇ ਦੁਨੀਆਂ ਦੁਨੀਆਂ ਬੈਠੀ ਹੈ ਫਿਰ ਉੱਥੇ ਆਣ ਕੇ ਬੈਠੇ ਅਗਲੇ ਦਿਨ ਫਿਰ ਇੱਕ ਪਿੰਡ ਚੰਦਰ ਕੇ ਉਹਦਾ ਨਾਮ ਉੱਥੇ ਗਏ ਤੇ ਉੱਥੋਂ ਰੋਟੀ ਅਗਲੇ ਦਿਨ ਕਿੰਨੇ ਦਿਨਾਂ ਬਾਅਦ ਰੋਟੀ ਖਾਧੀ ਤੁਸੀਂ ਤਿੰਨ ਦਿਨ ਅੱਛਾ ਤਿੰਨ ਦਿਨ ਰੋਜ਼ਾ ਇੱਕ ਦਿਨ ਦਾ ਹੁੰਦਾ ਲੋਕਾਂ ਨੂੰ ਬੱਸ ਹੋ ਜਾਂਦੀ ਤੇ ਤੁਹਾਨੂੰ ਕਿਵੇਂ ਸਬਰ ਆਇਆ ਤੇ ਅੱਲਾਹ ਦੀ ਜ਼ਾਤ ਨੇ ਦੇ ਛੱਡਿਆ ਸਬਰ ਕਿਹੜਾ ਕੋਈ ਚੀਜ਼ ਮਿਲਦੀ ਸੀ ਖਾਣ ਅੱਛਾ ਜਦੋਂ ਤੁਸੀਂ ਦੱਸਿਆ ਵਾ ਦਿਨ ਇੱਕ ਵਾਰ ਇੱਕ ਦਿਨ ਅਸੀਂ ਸੱਤੀ ਦਿਨ ਵੀ ਰੋਟੀ ਖਾਧੀ ਅੱਛਾ 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 ਪਾਕਿਸਤਾਨ ਦੇ ਹਦੂਦ ਚ ਆ ਗਏ ਫਿਰ ਉੱਥੇ ਰਹੇ ਕੁਝ ਦਿਨ ਚੰਦਰ ਕੇ ਉਥੋਂ ਫਿਰ ਚੱਲੇ ਨਰਵਾਲ ਵਾਣ ਕੇ ਗੱਡੀ ਬੈਠੇ ਨਾਰਮਲ ਰੇਲ ਸਟੇਸ਼ਨ ਤੇ ਉਤਰੇ ਇੱਥੋਂ ਫਿਰ ਸਾਡੇ ਪਿੰਡ ਦੇ ਕੁਛ ਲੋਕ ਸਦਰੇ ਬੈਠੇ ਸੀ ਸਕੂਲਾਂ ਚ ਜਾ ਕੇ ਬਹਿੰਦੇ ਸੀ ਸਾਡੇ ਪਿੰਡ ਦੇ ਦੋ ਪਿਓ ਪੁੱਤ ਸਨ ਸਕੇ ਉਹ ਬਿਮਾਰ ਸਨ ਉਹਨਾਂ ਨੂੰ ਬੁਖਾਰ ਚੜ੍ਹਦਾ ਸੀ ਉਹਨਾਂ ਨੂੰ ਬੋਰਡ ਦੇ ਥੜੇ ਤੇ ਪਾ ਦਿੱਤਾ ਅੱਛਾ ਇਸ਼ਾ ਤੋਂ ਪਹਿਲੇ ਉਹਨਾਂ ਦੀ ਦੋਵਾਂ ਪਿਓ ਪੁੱਤਾਂ ਦੀ ਇੱਕੋ ਵਕਤ ਤੇ ਜਾਨ ਨਿਕਲੀ ਉਹ ਕਿੱਦਾਂ ਹੋਏ ਕੀ ਹੋਈ ਸੀ ਗੱਲ ਬੁਖਾਰ ਬੁਖਾਰ ਹੈਜ਼ਾ ਵੀ ਫੈਲ ਗਿਆ ਸੀ ਤੇ ਉਹ ਕੋ ਤੁਹਾਡੇ ਪਿੰਡੋਂ ਹੀ ਆਇਆ ਸੀ ਨਾਲ ਨਾਲ ਹੀ ਸੀ ਨਾਲ ਪਿੱਛੋਂ ਨਾਲ ਹੀ ਆਇਆ ਸੀ ਉਹ ਜਿਸਲੇ ਮਰ ਗਏ ਦੋਵੇਂ ਤੇ ਉਹ ਜਿੰਨੇ ਕਾਫਲਾ ਸੀ ਉਹ ਸਾਰੇ ਰੋਣ ਲੱਗ ਪਏ ਬੰਦੇ ਉਹ ਪਿੰਡ ਥੋੜਾ ਜਿਹਾ ਹਟਾ ਅੱਛਾ ਅੱਛਾ ਉਹ ਪਿੰਡ ਵਾਲੇ ਲੋਕ ਫਿਰ ਸੁਣ ਕੇ ਰੋਂਦਿਆਂ ਨੂੰ ਆਏ ਉਹਨਾਂ ਬਾਹਰ ਸਕੂਲ ਦੇ ਵਿੱਚ ਨੀ ਆਏ ਉਹਨਾਂ ਬਾਹਰ ਸੱਦੇ ਉਹਨਾਂ ਕੀ ਗੱਲ ਉਹਨਾਂ ਕਹੀ ਸਾਡੇ ਦੋ ਮਾਈਟਾਂ ਹੋ ਗਈਆਂ ਬੰਦੇ ਦੋ ਉਹ ਚਲੇ ਗਏ ਉਹਨਾਂ ਜਾ ਕੇ ਫਿਰ ਸਫਾ ਲਿਆਈ ਸਭ ਚੱਕੂ ਯਾਰਾਂ ਚੱਕ ਆ ਗਏ ਯਾਰਾਂ ਚੱਕੋ ਫਿਰ ਉਹ ਲੰਮਿਆਂ ਦਾ ਚੱਕ ਸਮੁੰਦਰੀ ਤੋਂ ਅੱਗੇ ਉੱਥੇ ਚਲੇ ਗਏ ਉੱਥੇ ਚਲੇ ਗਏ ਉੱਥੋਂ ਫਿਰ ਉਹ ਰਾਵੀ ਤੇ ਕਿਲਾ ਭੰਬੇ ਦਾ ਉੱਥੇ ਚਲੇ ਗਏ ਉੱਥੋਂ ਫਿਰ ਅਬੂ ਚੇਕਿਆਂ ਕੋਲ ਮੌਜਾ ਵੱਡੇ ਪਿੰਡ ਇੱਥੇ ਆ ਗਏ ਫਿਰ ਇੱਧਰ ਇੱਕ ਨਨਕਾਣਿਆਂ ਪਰੇ ਕੋਟ ਕਾਲ ਰਿਹਾ ਮੈਂ ਉੱਥੇ ਵੀ ਗਏ
ਅੱਛਾ ਫਿਰ ਇੱਥੇ ਤੇ ਉਦੋਂ ਆਏ ਆ ਜਦੋਂ ਕਲੇਰ ਲਾਇਨ ਤੇ ਜ਼ਮੀਨ ਤਕਰੀਬਨ 12-13 ਸਾਲ। ਦੇਖੋ ਦੋਸਤੋ ਇੱਕ ਗੱਲ ਆ ਬਜ਼ੁਰਗ ਕਰ ਰਹੇ ਨੇ ਕਿ 12-13 ਸਾਲ ਆਪਣੇ ਪੈਰਾਂ ਤੇ ਖੜੇ ਨਹੀਂ ਹੋ ਸਕੇ। ਪਾਕਿਸਤਾਨ ਜਿਹੜਾ ਬਣਿਆ ਵਾ ਇਹਦੇ ਪਿੱਛੇ ਜਿਹੜੇ ਅੱਖਾਂ ਦੇਖਿਆ ਇਹਨਾਂ ਨੇ ਦੱਸਣਦਾ, ਜਿਹੜੀ ਆਪ ਬੀਤੀ ਹੱਡ ਬੀਤੀ ਸੁਣਾਉਂਦਾ ਆ, ਇਹ ਕੋਈ ਕਹਾਣੀ ਜਿਹੜੀ ਕਿਸੇ ਕੋਲ ਸੁਣੀ ਸੁਣਾਈ ਨੀਗੀ, ਇਹਨਾਂ ਦੀ ਹੱਡ ਬੀਤੀ ਕਹਾਣੀ ਆ। ਤੇ ਬੜਾ ਇੱਕ ਦਰਦ ਇਹਨਾਂ ਲੋਕਾਂ ਨੇ ਉਸ ਵੇਲੇ ਬਰਦਾਸ਼ਤ ਕੀਤਾ। ਅੱਛਾ ਬਜ਼ੁਰਗੋ, ਜਿਹੜਾ ਆਪਣਾ ਪਿੰਡ ਸੀ ਕਦੀ ਦੁਬਾਰਾ ਜਿੱਥੇ ਆਪਣੇ ਭਰੇ ਘਰ ਛੱਡ ਕੇ ਆ ਗਏ ਆ, ਤੁਹਾਡੇ ਪੜਦਾਦਿਆਂ ਦਾਦਿਆਂ ਦੀਆਂ ਕਬਰਾਂ ਵੀ ਢੇਰੀਆਂ ਸ਼ਾਇਦ ਉੱਥੇ ਰਹਿ ਗਈਆਂ, ਤੇ ਕਦੀ ਉਹ ਪਿੰਡ ਚੇਤੇ ਆਇਆ? ਉਹ ਗਲੀਆਂ ਆਉਂਦਾ ਹੀ ਰਹਿੰਦਾ, ਚੇਤੇ ਆਉਂਦਾ ਹੀ ਰਹਿੰਦਾ। ਅੱਛਾ ਆਉਂਦਾ ਰਹਿੰਦਾ, ਫਿਰ ਉਹ ਸਬਰ ਕਰੀਦਾ, ਅੱਖਾਂ ਜਥੋਂ ਆ ਜਾਂਦੇ ਰੱਖੀਦਾ। ਅੱਛਾ ਜੋ ਲਾ ਲੂ ਪਿੰਡ ਵੇਖਣ ਨੂੰ ਦਿਲ ਕਰਦਾ, ਦਿਲ ਕਰਦਾ ਜੀ ਹਜੇ। ਕਦੀ ਕੋ ਪਿੰਡ ਦੀ ਕਦੀ ਫੋਟੋ ਵੇਖੀ ਹੋਵੇ ਜਾਂ ਵੀਡੀਓ? ਅੱਜ ਤੱਕ ਨਨਕਾਣਾ ਸਾਹਿਬ ਸਿੱਖਾਂ ਨੂੰ ਚਲੋ, ਅਗਰ ਜੇ ਤੁਹਾਨੂੰ ਕੋਈ ਤੁਹਾਡੀ ਵੀਡੀਓ ਵੇਖੇ, ਤੁਹਾਡੇ ਘਰ ਦੀ ਤੁਹਾਡੇ ਇਲਾਕੇ ਦੀ ਵੀਡੀਓ ਬਣਾ ਕੇ ਪਿੰਡ ਦੀ ਗਲੀ ਮਹੱਲੇ ਦੀ ਭੇਜੇ ਕਿ ਤੁਹਾਡਾ ਘਰ ਸੀ, ਇੱਥੇ ਕਬਰਸਤਾਨ ਸੀ, ਇੱਥੇ ਤੁਸੀਂ ਰਹਿੰਦੇ ਸੀ, ਖੁਸ਼ੀ ਮਹਿਸੂਸ ਹੋਊਗੀ ਕੋਈ? ਹਾਂ ਬੜੀ ਖੁਸ਼ੀ ਮਹਿਸੂਸ ਹੋਏਗੀ ਕਿ 12 ਸੀ ਸਾਡਾ ਜਿਹੜਾ ਪੜਦਾਦਾ ਸੀ ਨਾ, ਉਹ ਉਸ ਵਕਤ ਸੂਬੇਦਾਰ ਮੇਜਰੀ ਪੈਨਸ਼ਨ ਆਇਆ ਸੀ। ਕੀ ਨਾਮ ਹੈ ਪੜਦਾਦੇ ਦਾ? ਨਵੀ ਬੋਸ 50 ਸਾਲ ਪੈਨਸ਼ਨ ਖਾਧੀ ਉਹਨਾਂ ਨੇ। ਅੱਛਾ, 12 ਸੀ ਤੁਹਾਡਾ ਉੱਥੇ? ਹਾਂ, ਤੇ ਮਕਾਨ ਸਨ ਠੀਕ ਠਾਕ, ਪੱਕੇ ਬਣਾਏ? ਹਾਂਜੀ, ਪੱਕੇ ਮਕਾਨ ਸਨ, ਪੱਠਾ ਆਪਣਾ ਬਣਵਾਇਆ ਸੀ। ਪੱਠਾ ਵੀ ਸੀ ਆਪਣਾ? ਹਾਂਜੀ, ਭੱਠੀ ਜਿਹਨੂੰ ਛੋਟੀ ਇੱਟੀ। ਅੱਛਾ, ਉਹਦੇ ਨਾਲ ਮਕਾਨ ਸਹੀ ਛੱਤੇ ਛੱਤੇ ਸਨ। ਅੱਛਾ, ਵੇਖ ਲਓ ਕਿੱਡੀ ਇੱਕ ਸਰਦਾਰੀ ਸੀਗੀ ਘਰ 'ਚ। ਬੜੇ ਹਾਲਾਤ ਵੇਖੇ ਨੇ ਉੱਥੋਂ ਵੀ ਜਿਹੜੇ ਫਤਿਹਗੜ੍ਹ ਆਏ ਆ, ਤੇ ਸਾਨੂੰ ਤੇ ਇਹ ਤੇ ਉੱਧਰ ਨੂੰ ਤੁਰ ਪਏ ਵੀ ਭਾਵ ਨੀ, ਤੇ ਅਸੀਂ ਇੱਕ ਟਰੱਕ ਆ ਗਏ ਸਨ। ਇੱਕ ਰਿਸ਼ਤੇਦਾਰ ਸੀ ਕੋਈ ਸਾਡਾ, ਉਹਨੇ ਫਿਰ ਟਰੱਕ ਇੱਥੋਂ ਲਾਹੌਰੋਂ ਲੈ ਕੇ ਗਿਆ ਵੀ, ਅਸੀਂ ਫਿਰ ਟਰੱਕਾਂ 'ਚ ਲਾਹੌਰ ਆਏ ਸਨ। ਤੁਸੀਂ ਟਰੱਕਾਂ 'ਚ ਆਏ? ਹਾਂਜੀ, ਟਰੱਕਾਂ 'ਚ ਆਏ। ਜਿਸ ਵੇਲੇ ਉੱਥੇ ਲੰਮੇ ਪੈ ਨਾ ਆਣ ਗਏ, ਉੱਥੋਂ ਕਾਫਲਾ ਉੱਠ ਕੇ ਗਿਆ ਸੀ, ਤੋਂ ਥੱਲਿਓਂ ਉਤਾ ਇੱਟਾਂ ਤਪੀਆਂ ਸਨ ਥੱਲਿਓਂ, ਤੇ ਮੇਰੇ ਗੱਲ ਤੇ ਕਮੀਜ਼ ਵੀ ਹੈ ਨੀ ਸੀ, ਸਿਰਫ ਐਵੇਂ ਚਾਦਰ ਜੀ ਸੀ ਕੱਲੀ, ਤੇ ਮੈਨੂੰ ਏਦਾਂ ਲੰਮੇ ਪਾਉਣ ਤੇ ਮੇਰਾ ਪਿੰਡਾ ਸੜੇ ਵੀ, ਮੈਂ ਕਿਹਾ ਮੇਰਾ ਲੱਗ ਸੜ ਗਿਆ। ਸਹੀ। ਅੱਛਾ ਬਜ਼ੁਰਗੋ, ਇੱਕ ਤਾਣ 'ਚ ਜਿਹੜੇ ਕੱਪੜੇ ਪਾਏ ਆ, 2 ਮਹੀਨਾ ਤੁਸੀਂ ਉਹਨਾਂ ਕੱਪੜਿਆਂ 'ਚ ਗੁਜ਼ਾਰਦਾ, ਕੈਸੀ ਗੱਲ ਹੈ? ਕੈਸੀ ਗੱਲ ਹੈ ਜੀ, ਇੱਥੇ ਜਦੋਂ ਪੀਂਦਾ ਸੀ ਨਾ ਧੁੱਪੇ, ਜੰਗਲੀ ਨੇ ਸਾਡੇ ਕੋਲ ਆਣ ਕੇ ਬਹਿ ਜਾਣ, ਸਾਡੇ ਬੰਦੇ ਨੇ ਅੱਜ ਵੀ ਕਣਕ ਚੋ ਵੱਢ ਕੇ ਜਾਂ ਸ਼ਟਾਲਾ ਵੱਢ ਕੇ ਬੂਚੇ ਕੀ ਖੜਨਾ, ਉਹ ਘੋੜੇ ਵਾਲੇ ਅੱਗੇ ਵੇਚਣਾ, ਤੇ ਫਿਰ ਉਹਨਾਂ ਤੰਬਾਕੂ ਲਿਆਉਣਾ, ਤੇ ਉਹਨੇ ਆਣ ਕੇ ਬਹਿ ਜਾਣਾ, ਨਾ ਸਾਰੀ ਦਿਹਾੜੀ ਹੁੱਕਾ ਪੀਂਦੇ ਰਹਿਣਾ। ਸਾਡੇ ਬੰਦੇ ਨੇ ਉੱਥੇ ਵੇਖਿਆ, ਫਿਰ ਉਹ ਪੱਲਾ ਅੱਗੇ ਪਿੱਛੇ ਇੰਜ ਕੁੰਜ ਕੇ ਚਾਦਰ ਲਾ ਕੇ ਉਹ ਵਿਛਾਲਣੀ, ਉਹ ਜੂਆ ਮਾਰਨੀ, ਜੂਆ ਨਾ ਮਾਰਦੇ। ਇੱਥੇ ਇਸ ਪਿੰਡ ਜਾ ਕੇ ਮੇਰੇ ਸਿਰ 'ਚ ਮਸ਼ੀਨ ਫੇਰੀ ਲਾਏ ਨੇ, ਮੇਰੇ ਤਾਏ ਨੇ ਮੱਕੀ ਦਾ ਜਿਹੜਾ ਤੁੱਕਾ ਹੁੰਦਾ ਨਾ ਗੁੱਲ, ਉਹ ਸੁੱਕਾ ਫੜ ਕੇ ਮੇਰੇ ਸਿਰ 'ਚ ਫੇਰ ਕੇ ਉਹਨੇ ਜੂਆ ਫੇਰਨੀ, ਇੰਨੀ ਜੂਆ ਇਹ ਹਾਲਾਤ ਸੀ। ਹਾਲਾਤ ਬਹੁਤ ਬੁਰੇ ਵੇਖੇ ਨੇ, ਅੱਲਾਹ ਬੜੇ ਬੁਰੇ ਵੇਖੇ। ਅੱਛਾ, ਥੋੜ੍ਹਾ ਕੁ ਇੰਨੀ ਤਕਲੀਫ ਕੱਟੀ ਆ ਜਿਹੜਾ ਪਾਕਿਸਤਾਨ ਬਣਿਆ, ਖਿੱਤਾ ਬਣਿਆ ਵਾ, ਅੱਜ ਦੀ ਨਸਲ ਨੂੰ ਕੀ ਸੁਣਿਆ ਦਿੰਦੇ ਆ ਕਿ ਇਸ ਮੁਲਕ ਨੂੰ ਕਿਵੇਂ ਸੰਭਾਲ ਕੇ ਰੱਖਣ? ਇਹਨਾਂ ਨੂੰ ਇਸ ਮੁਲਕ ਦੀ ਕਦਰ ਹੀ ਨਹੀਂ, ਇਹਨਾਂ ਨੂੰ ਕਦਰ ਹੋਵੇ ਚਲੋ ਸਾਡੀਆਂ ਤਕਲੀਫਾਂ ਤੇ ਭੁੱਲ ਜਾਣ, ਜਿਹਨਾਂ ਜਵਾਨਾਂ ਨੇ ਮਾਵਾਂ ਦੇ ਪੁੱਤਾਂ ਨੇ ਟੇਕਾ ਤੋਂ ਸਿਰ ਦੇ ਕੇ ਇਸ ਮੁਲਕ ਨੂੰ ਬਚਾਇਆ ਸੀ, ਉਹਨਾਂ ਦੀ ਕੁਰਬਾਨੀ ਦੇ ਕੋਈ ਅਹਿਸਾਸ ਕਰ ਲਿਆ? ਹਾਂ, ਨਹੀਂ ਬਿਲਕੁਲ ਬਿਲਕੁਲ, ਤੁਹਾਡੀ ਕੁਰਬਾਨੀ ਦਾ ਵੀ ਅਹਿਸਾਸ ਕਰਨਾ। ਚਿਵਿੰਡੇ ਵਾਲੀ ਦੀ ਵੀ ਗੱਲ ਜਿਹੜੀ ਆ, ਮੈਂ ਆਰਮੀ ਵਿੱਚ ਰਿਹਾ ਨਾ। ਅੱਛਾ ਅੱਛਾ। ਚਿਵਿੰਡੇ ਦੇ ਵਿੱਚ ਜਦੋਂ ਇਹਨਾਂ ਨੇ ਦਿੱਤਾ ਸੀ, ਤੇ ਇਹਨੇ ਫਿਰ ਉੱਥੇ ਕਾਫੀ ਬੰਦੇ ਸ਼ਹੀਦ ਹੋਏ। ਤੁਸੀਂ 65 ਦੀ ਜੰਗ ਲੜੀ ਆ? ਹਾਂਜੀ, ਮੈਂ 65 ਦੀ। ਕਿਹੜੇ ਮਾਸ? ਮੈਂ ਆਜ਼ਾਦ ਕਸ਼ਮੀਰ ਹੋਇਆ ਸਾਂ।
ਅੱਛਾ ਦੋਸਤੋ, ਤੁਸੀਂ ਵੇਖ ਰਹੇ ਹਾਂ ਕਿ ਬਜ਼ੁਰਗਾਂ ਦੀ ਅੱਖਾਂ ਚੋਂ ਪਾਣੀ ਆ ਗਿਆ। ਉਸ ਵੇਲੇ ਦੀ ਕਹਾਣੀ, ਉਸ ਵੇਲੇ ਦੀ ਗੱਲ ਇੱਕ ਬੜੀ ਦਰਦਨਾਕ ਆ ਤੇ ਰੋ ਰਹੇ ਨੇ। ਤੇ ਮੈਂ ਆਪਣੀ ਨਸਲ ਅੱਗੇ ਕਹਿੰਦਾ, ਪਾਕਿਸਤਾਨ ਦੀ ਆਉਣ ਵਾਲੀ ਅੱਗੇ, ਖੁਦਾ ਦਾ ਵਾਸਤਾ, ਜਿਹੜਾ ਆਜ਼ਾਦੀ ਹੈ ਇੱਕ ਬੜੀ ਵੱਡੀ ਨੇਮਤ ਆ, ਬੜੀ ਵੱਡੀ ਨੇਮਤ। ਇੱਕ ਦਿਨ ਮੈਂ ਵੇਖਿਆ ਟੀਵੀ ਤੇ ਮੁਸਲਮਾਨ ਇੱਕ, ਉਹਦੇ ਤੇ ਹਿੰਦੂਆਂ ਨੇ ਇਲਜ਼ਾਮ ਲਾਤਾ ਇਹਨੇ ਗਾਂ ਦਾ ਗੋਸ਼ਤ ਖਾਧਾ। ਦੋ ਜਾਣੇ ਉਹਦੀਆਂ ਲੱਤਾਂ ਫੜੀਆਂ, ਉਹਨੂੰ ਧੋਈ ਜਾਣ, ਦੂਜੇ ਜਿਹੜੇ ਸੀ ਉਹਦੇ ਲੱਕ ਮੂੰਹ ਤੇ ਡੰਡੇ ਮਾਰਦੇ ਸੀ। ਉਹਨਾਂ ਪਤਾ ਨੀ ਝੂਠਾ ਇਲਜ਼ਾਮ ਲਾਇਆ ਸੀ ਜਾਂ ਸੱਚਾ ਸੀ, ਗਾਂ ਦੇ ਗੋਸ਼ਤ ਤੋਂ ਉਹਨੂੰ ਮਾਰ ਹੀ ਦਿੱਤਾ। ਜਿਹੜੇ ਉੱਥੇ ਮੁਸਲਮਾਨ ਰਹਿ ਗਏ ਨੇ ਉਹਨਾਂ ਦੀ ਜ਼ਿੰਦਗੀ ਕੋਈ ਨੀ ਹੈ, ਉਹਨਾਂ ਦੀ ਕੋਈ ਜ਼ਿੰਦਗੀ ਨੀ। ਚਲੋ ਅਸੀਂ ਉਸ ਵੇਲੇ ਤਕਲੀਫਾਂ ਕੱਟ ਲਈਆਂ, ਹੋ ਗਈਆਂ, ਕੁਛ ਲੋਕ ਮਰ ਗਏ ਨੇ, ਵਿਰਲੇ ਵਿਰਲੇ ਰਹਿ ਗਏ ਨੇ, ਉਹ ਵੀ ਮਰ ਜਾਣ, ਅੱਲਾ ਨੇ ਉਹਨੂੰ ਬਾਕੀ ਇਸ ਵੱਧ ਕਰ ਦਿੱਤੇ। ਇਸ ਮੁਲਕ ਦੀ ਕਦਰ ਤੇ ਕਰਨ, ਕਦਰ ਨਹੀਂ ਕਰ, ਕਦਰ ਕਰਨੀ ਚਾਹੀਦੀ ਆ, ਕਰਨੀ ਚਾਹੀਦੀ। ਜਿਹੜੀ ਇੱਕ ਖਿੱਤਾ ਕਲਮੇ ਦੇ ਨਾਂ ਤੇ ਬਣਿਆ, ਲਾ ਇਲਾਹ ਇਲੱਲਾ ਮੁਹੰਮਦ ਰਸੂਲੁੱਲਾ ਦੇ ਨਾਂ ਤੇ ਖਿੱਤਾ ਬਣਿਆ ਵਾ, ਜਿਹੜਾ ਬੰਦਾ ਇਸ ਕਲਮੇ ਦੇ ਨਾਂ ਤੇ ਬਣੇ ਹੋਏ ਮੁਲਕ ਦੇ ਨਾਲ ਵਫਾ ਕਰੇਗਾ, ਮੇਰੇ ਖਿਆਲ ਨਾਲ ਉਹ ਕਲਮੇ ਨਾਲ ਵਫਾ ਕਰੇਗਾ। ਤੇ ਜਿਹੜਾ ਬੰਦਾ ਇਸ ਖਿੱਤੇ ਨਾਲ ਗਰਦਾਰੀ ਕਰੇਗਾ, ਮੇਰੇ ਖਿਆਲ ਨਾਲ ਉਹਨੇ ਕਲਮੇ ਨਾਲ ਗਰਦਾਰੀ ਕੀਤੀ। ਸੰਨ 65 ਹੋਇਆ ਜੀ, ਸੰਨ 65 ਦੀ ਜੰਗ, ਉਸ ਜੰਗ ਤੋਂ ਬਾਅਦ ਦੀ ਗੱਲ। ਇਹ ਸੁਣੀ ਗੱਲ, ਇੱਕ ਮੁਸਲਮਾਨ ਫੜਿਆ ਗਿਆ, ਜ਼ਿਮੀਦਾਰ ਸਨ ਉਹ ਸਿੱਖ ਉਹ ਫੜ ਕੇ ਲੈ ਗਏ, ਉਹਨਾਂ ਆਪਣੀ ਹਵੇਲੀ ਦੇ ਵਿੱਚ ਨਾ ਇੱਕ ਅੰਦਰ ਦੇ ਦਿੱਤਾ, ਦੇ ਕੇ ਤੇ ਉਹ ਘਰ ਚਲੇ ਗਏ ਜਿੱਥੇ ਮਾਲ ਡੰਗਰ ਬਣਦੇ ਸੀ, ਉਹ ਘਰ ਚਲੇ ਗਏ। ਅੱਛਾ, ਉਹਨਾਂ ਜਾ ਕੇ ਰੋਟੀਆਂ ਖਾਧੀਆਂ, ਸ਼ਰਾਬਾਂ ਪੀਤੀਆਂ, ਸਭ। ਉਸ ਘਰ ਦੀ ਜਿਹੜੀ ਬੀਬੀ ਸੀ ਨਾ, ਉਹ ਕੋਈ ਚੀਜ਼ ਲਿਆਈ, ਲਿਆ ਕੇ ਤੋਂ ਦਰਵਾਜ਼ੇ 'ਚ ਨਾ ਥੋੜ੍ਹਾ ਜਿਹਾ ਵਿਹਲ ਸੀ, ਉਹਨੇ ਉਸ ਵਿਹਲ ਥਾਣੀ ਉਹ ਚੀਜ਼ ਅੰਦਰ ਫੜਾਈ ਅਤੇ ਉਸ ਬੰਦੇ ਨੂੰ ਕਿਹਾ ਕਿ ਪਿਛਲਾ ਪਾਸਾ ਖਾਲੀ ਆ, ਉਹ ਸੁੱਤੇ ਨੇ, ਉਹਨਾਂ ਹੁਣ ਸਵੇਰ ਨੂੰ ਉੱਠਣਾ। ਉਹਨਾਂ ਨੂੰ ਸਵੇਰ ਨੂੰ ਉੱਠ ਕੇ ਤਾਂ ਉਹਨਾਂ ਨੇ ਪੇਸ਼ ਕਰਨਾ ਸੀ ਅਫਸਰਾਂ ਆਪਣਿਆਂ ਦੇ। ਅੱਛਾ, ਉਹ ਇੱਧਰ ਉਹਨਾਂ ਕੰਧ ਖੋਦ ਕੇ ਤੇ ਨਿਕਲ ਜਾ ਰਿਹਾ। ਉਹ ਆਉਂਦਾ ਵੀ ਬੀਬੀ ਤੇਰੇ ਖਾਵੰਦ ਨੇ ਤੇ ਮੈਨੂੰ ਫੜ ਕੇ ਲਿਆਂਦਾ, ਤੂੰ ਬੜੀ ਕੁਰਬਾਨੀ ਮੇਰੇ ਤੇ ਦੇਣੀ, ਇਹਦੀ ਕੀ ਵਜ੍ਹਾ? ਉਹਨੇ ਆਖਿਆ ਮੈਂ ਬੀਬੀ ਸਿੱਖ ਦੀ ਆ ਤੇ ਮੁਸਲਮਾਨ। ਹਾਏ ਹਾਏ, ਅੱਛਾ ਉਹ ਆਪਣਾ ਮੁਸਲਮਾਨ ਸੀ? ਹਾਂ ਮੁਸਲਮਾਨ ਸੀ। ਹੋਏ ਹੋਏ, ਉਹ ਮੁਸਲਮਾਨ ਸੀ, ਮੈਂ ਬੀਬੀ ਸਿੱਖ ਦੀ ਆ ਪਰ ਧੀ ਮੁਸਲਮਾਨ, ਧੀ ਮੁਸਲਮਾਨ ਦੀ ਆ, ਮੈਨੂੰ ਪਾਕਿਸਤਾਨੀ ਨਾਲ ਪਿਆਰ। ਅੱਛਾ, ਜਿਹੜੀ ਅੱਜ ਜਿਹੜੇ ਵਾਕਿਆਤ ਔਰਤਾਂ ਰਹਿ ਗਈਆਂ ਉੱਥੇ, ਬੱਚੇ ਜੰਮੇ ਹਜੇ ਤੱਕ ਉੱਥੇ, ਉਹਨਾਂ ਨੂੰ ਸਾੜਿਆ, ਉਹਨਾਂ ਨੂੰ ਕਬਰ ਨਸੀਬ ਨਹੀਂ ਹੋਈ। ਐਡੀ ਮਹਿੰਗਾ ਪਾਕਿਸਤਾਨ ਕਿ ਬੜਾ ਲੋਕਾਂ ਨੇ ਕਦਰ ਨਹੀਂ। ਅੱਛਾ ਬਜ਼ੁਰਗੋ, ਤੁਸੀਂ ਨਵੀਂ ਨਸਲ ਨੂੰ ਕੀ ਕਹਿਣਾ ਚਾਹੁੰਦੇ ਜੇ? ਅਸੀਂ ਇਹ ਚਾਹੁੰਦੇ ਹਾਂ ਜੀ ਕਹਿਣਾ ਕਿ ਇਮਾਨਦਾਰੀ ਨਾਲ ਹੀ ਕੰਮ ਕਰਨ, ਵੀ ਨਾ ਕੋਈ ਵੇਖਣ ਸੁਣੀ ਤੇ ਨਾ ਵੇਖਣਾ ਵਾਬੀ, ਸਭ ਮੁਸਲਮਾਨ ਇਕੱਠੇ ਆ, ਨਮਾਜ਼ਾਂ ਪੜ੍ਹੋ ਤੇ ਆਪਣਾ ਕੰਮ ਕਰੋ ਤੇ ਇਮਾਨਦਾਰੀ ਕਰੋ, ਧੋਖਾ ਨਾ ਕਿਸੇ ਨਾ ਕਰੋ, ਕਿਉਂਕਿ ਜੀ ਕਦਰ ਕਰੋ ਵੀ। ਬੜਾ ਮਹਿੰਗਾ ਮੁਲਕ ਹੈ, ਬੜੀਆਂ ਤਕਲੀਫਾਂ ਤੋਂ ਬਾਅਦ ਇਹ ਹਾਸਲ ਹੋਇਆ। ਠੀਕ ਹੈ, ਬੜੀ ਤੁਹਾਡੀ ਬਜ਼ੁਰਗਾਂ ਦੀ ਮਿਹਰਬਾਨੀ ਹੈ ਜੀ। ਇਹ ਦੋ ਹਸਤੀਆਂ, ਇੱਕ ਡਾਕਟਰ ਇਕਬਾਲ ਰਹਿਮਤ ਉੱਲਾਹ, ਇੱਕ ਕਾਇਦੇ ਆਜ਼ਮ ਰਹਿਮਤ ਉੱਲਾਹ, ਸੈਯਦ ਸੈਯਦ ਆਵਾਂ, ਇਹਨਾਂ ਹਸਤੀਆਂ ਦੀ ਵਜ੍ਹਾ ਨਾਲ ਹੀ ਇਹਨਾਂ ਨੂੰ ਇੰਨਾ ਕੁ ਟੁਕੜਾ ਮਿਲਿਆ। ਲੋ ਨਾਜ਼ਰੀਨ, ਅਸੀਂ ਬੈਠੇ ਸੀ 17 ਚ ਘੜਿਆਲ ਚ, ਸਾਡੇ ਨਾਲ ਬਜ਼ੁਰਗ ਬੈਠੇ ਰਈਸ ਅਹਿਮਦ ਤੇ ਮੁਹੰਮਦ ਯੂਨਸ, ਇਹਨਾਂ ਦੇ ਕੋਲੋਂ ਅਸੀਂ 47 ਦੀ ਕਹਾਣੀ ਸੁਣੀ ਆ। ਤੁਸੀਂ ਦੇਖ ਰਹੇ ਸੀ ਕਿ ਜਿਹੜੇ ਬਜ਼ੁਰਗ ਮੁਹੰਮਦ ਯੂਨਸ ਆ ਉਹਨਾਂ ਦੀ ਅੱਖਾਂ ਚੋਂ ਪਾਣੀ ਵੀ ਆ ਰਿਹਾ ਤੇ ਰਈਸ ਅਹਿਮਦ ਸਾਹਿਬ ਜਿਹੜੇ ਬਜ਼ੁਰਗ ਉਹਨਾਂ ਦੇ ਵੀ। ਇੱਕ ਬੜਾ ਹੀ ਔਖਾ ਵੇਲਾ ਇਹਨਾਂ ਲੋਕਾਂ ਨੇ ਵੇਖਿਆ, ਬੜੇ ਦੁੱਖ ਔਰ ਦਰਦਾਂ ਨਾਲ ਇਹ ਖਿੱਤਾ ਬਣਾਇਆ ਵਾ, ਇਹਦੇ ਪਿੱਛੇ ਬੜੀ ਵੱਡੀ ਕੁਰਬਾਨੀ ਆ। ਮੈਂ ਆਪਣੀ ਗੌਰਮੈਂਟ ਅੱਗੇ ਗੁਜ਼ਾਰਿਸ਼ ਕਰਦਾ, ਅੱਜ ਵੀ ਪਹਿਲੋਂ ਵੀ ਕਰੇ ਦੀ ਆ, ਕਿ ਜਿਵੇਂ 14 ਅਗਸਤ ਮਨਾਈ ਦੀ ਆ ਉਵੇਂ ਹੀ ਇੱਕ ਦਿਨ ਮਖਸੂਸ ਕਰ ਲੈਣ ਉਹਨਾਂ ਸ਼ਹੀਦਾਂ ਦਾ, ਉਹਨਾਂ ਗਾਜ਼ੀਆਂ ਦਾ, ਤਾਂ ਕਿ ਨਵੀਂ ਨਸਲ ਨੂੰ ਇੱਕ ਦੱਸਿਆ ਜਾਵੇ ਕਿ ਪਾਕਿਸਤਾਨ ਕਿਵੇਂ ਬਣਿਆ ਵਾ, ਇਹਦੇ ਪਿੱਛੇ ਲੋਕਾਂ ਦੀ ਕੀ ਕੁਰਬਾਨੀ ਆ। ਉਹ ਦਿਨ ਮਖਸੂਸ ਕਰਕੇ ਉਸ ਦਿਨ ਸਕੂਲਾਂ ਕਾਲਜਾਂ ਦੇ ਅੰਦਰ ਉਹਨਾਂ ਸ਼ਹੀਦਾਂ ਵਾਸਤੇ, ਉਹਨਾਂ ਗਾਜ਼ੀਆਂ ਵਾਸਤੇ ਦੁਆਰ ਫਤਿਹ ਖਾਨੀ ਹੋਵੇ, ਔਰ ਨਾਲ ਇੱਕ ਨਵੀਂ ਨਸਲ ਨੂੰ ਮੈਸੇਜ ਦਿੱਤਾ ਜਾਵੇ ਕਿ ਪਾਕਿਸਤਾਨ ਕਿਵੇਂ ਬਣਿਆ ਸੀ। ਇਹ ਬਜ਼ੁਰਗ ਸਾਡਾ ਕੌਮੀ ਅਸਾਸਾ,
ਸਾਡਾ ਕੌਮੀ ਹੀਰੋ ਨੇ। ਅੱਲਾ ਤਾਲਾ ਇਹਨਾਂ ਨੂੰ ਜਿਹੜੀ ਇਹਨਾਂ ਨੇ ਉਸ ਕਲਮੇ ਦੇ ਨਾਂ ਤੇ ਹਿਜਰਤ ਕੀਤੀ ਉਹਦਾ ਅਜਰ ਦੇਵੇ ਦੁਨੀਆਂ 'ਚ ਵੀ ਆਖਰਤ 'ਚ ਵੀ। ਸਾਨੂੰ ਹੁਣ ਇਜਾਜ਼ਤ ਦਿਓ, ਫਿਰ ਮਿਲਾਂਗੇ ਨਵੀਂ ਕਹਾਣੀ ਦੇ ਨਾਲ ਨਵੇਂ ਬਜ਼ੁਰਗਾਂ ਦੇ ਨਾਲ। ਜਿਉਂਦੇ ਵਾਸਤੇ ਰਹੋ ਜੀ, ਰੱਬ ਰੱਖਦਾ ਜੀ।